पंकज बंदन पग पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी हर कृष्ण मनाए बहोरी गुरु तेग बहादुर परम केर पाला परम केर पाला श्री गुरु गोबिंद सिंह श्री गुरु गोबिंद सिंह विशाला तरा पर पुन पुन सीसा पुन पुन सीसा बंद हो बार बार जगदीशा ज्ञान है माणक भगत बैराग श्री गुरु ग्रंथ साहिब उदद बंदों कर अनुराग एकंकार सतगुरु तेह प्रसाद सच होए वाहे गुरु जी की फतेह विघ्न विनाशन सो एकंकार सतगुरु तेह प्रसाद सच होए वाहेगुरु जी की फतेह विघ्न विनाशन सो धन धन सच्चे पातशाह गरीब नवाज दीन दुनिया दे मालक चबर छतर तखत दे मालक समरथ गुरु प्रतख गुरु हाजरा हजूर जहरा जहूर सर्ब कला भरपूर लोक परलोक के रखियक शब्दा अवतार सच्चे पातशाह दासा गरीबां दी सदा ही इज्जत रखण वाले पत रखण वाले दया करन वाले मेर करन वाले बख्शिशां करन वाले हाजरा हजूर जहरा जहूर सर्ब कला भरपूर धन धन सच्चे पातशाह गरीब नवाज धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज बड़े ही प्रेम दे नाल सब सिख संगतां दास दी ते अपनी हाजरी महाराज सच्चे पातशाह जी दी गोद विच लवाओ महाराज जी दे चरणा विच हाजरी लवाईए जी सतगुरु सच्चे पातशाह महाराज जी दे पवित्र चरणा दा ध्यान धर के फिर उच्चारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज सब सिख संगत दोवें हाथ जोड़ के गज के फतेह बुलाओ जी वाहेगुरु जी का खालसा वाहेगुरु जी की फतेह फिर फतेह बुलाओ जी वाहेगुरु जी का खालसा वाहेगुरु जी की फतेह
ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਗੁਰੂ ਨੌਵੇਂ ਪਾਤਸ਼ਾਹ ਜੀ ਦੀ ਪਵਿੱਤਰ ਕਥਾ, ਸੁੱਖ ਦੇਣ ਵਾਲੀ ਕਥਾ, ਸਭ ਇੱਛਾਵਾਂ ਪੂਰੀਆਂ ਕਰਨ ਵਾਲੀ ਕਥਾ ਆਪ ਜੀ ਸਾਧ ਸੰਗਤ ਜੀ ਸੁਣ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਆਪ ਮਹਾਨ ਸਾਕਾ ਵਰਤਾਇਆ, ਜਿਹਨੂੰ ਦਸਵੇਂ ਪਾਤਸ਼ਾਹ ਮਹਾਰਾਜ ਨੇ ਆਪ ਕਿਰਪਾ ਕਰਕੇ ਆਪ ਲਿਖਤੀ ਰੂਪ ਦਿੱਤਾ ਵੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿਨੋ ਬਡੋ ਕਲੂ ਮਹਿ ਸਾਕਾ ਸਾਧਨ ਹੇਤ ਇਤੇ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਸੀਸ ਧੜ ਤੋਂ ਵੱਖਰਾ ਹੋਇਆ, ਔਰੰਗਜ਼ੇਬ ਦੇ ਸਿਰ ਤੇ ਬਹੁਤਾ ਹੀ ਵੱਡਾ ਪਾਪ ਚੜ ਗਿਆ ਜੀ। ਉਧਰ ਦਿੱਲੀ ਤੋਂ ਆਨੰਦਪੁਰ ਸਾਹਿਬ ਨੂੰ ਤੁਰ ਪਏ ਨੇ ਭਾਈ ਜੈਤਾ ਜੀ, ਜਿਨ੍ਹਾਂ ਦੇ ਅੰਦਰ ਸਤਿਗੁਰੂ ਜੀ ਦਾ ਬਹੁਤ ਪ੍ਰੇਮ ਵਸਿਆ ਹੋਇਆ ਹੈ। ਠੀਕ ਹੈ, ਨਹੀਂ ਠੀਕ ਹੋਣ, ਸਤਿਗੁਰੂ ਜੀ ਦਾ ਪ੍ਰੇਮ ਵਸਿਆ ਹੋਇਆ ਹੈ। ਉਹ ਪੜਾ ਦਰ ਪੜਾ ਪਹੁੰਚ ਰਹੇ ਨੇ। ਕਿਸੇ ਦਿਨ ਸਤਿਗੁਰੂ ਕਿਰਪਾ ਕਰਨ ਭਾਈ ਜੈਤਾ ਜੀ ਨੇ ਰਸਤੇ 'ਚ 5 ਪੜਾਅ ਕੀਤੇ। ਸਤਿਗੁਰੂ ਕਿਰਪਾ ਕਰਨ ਆਪਾਂ 5 ਪੜਾਵਾਂ ਦਾ ਜ਼ਿਕਰ ਕਰਾਂਗੇ। ਕੱਲ੍ਹ ਤੁਸੀਂ ਸੁਣਿਆ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਸਰੀਰ, ਜੋ ਕਿ ਲੱਖੀ ਸ਼ਾਹ ਬਣਜਾਰਾ ਜੀ ਆਪਣੇ ਗੱਡੇ ਵਿੱਚ ਰੱਖ ਕੇ ਹੋਰ ਕਈ ਗੱਡੇ ਨਾਲ ਜੋੜ ਕੇ ਨਾਲ ਲੁਬਾਣਿਆਂ ਨੂੰ ਲੈ ਕੇ ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਸਰੀਰ ਜਿਹੜਾ ਹੈ ਉਹ ਆਪਣੇ ਘਰ ਲੈ ਕੇ ਪਹੁੰਚੇ ਜੀ। ਰਸਤੇ ਦੇ ਵਿੱਚ ਚੈਕਿੰਗ ਹੋਈ ਜੀ, ਨਾਕਾ ਲੱਗਾ ਹੋਇਆ ਸੀਗਾ ਜੀ। ਉਹ ਤੁਸੀਂ ਸੁਣਿਆ ਜੀ, ਸਿਪਾਹੀਆਂ ਨੂੰ ਪਤਾ ਲੱਗਾ ਵੀ ਜਦੋਂ ਧੜ ਨਹੀਂ ਹੈਗਾ ਸੱਚੇ ਪਾਤਸ਼ਾਹ ਦਾ, ਅਤੇ ਉਹਨਾਂ ਇਹ ਸੋਚਿਆ ਵੀ ਆਏ ਤਾਂ ਉਹ ਬਲਦਾਂ ਵਾਲੇ ਹੀ ਸਨ ਜੀ, ਉਹੀ ਲੈ ਕੇ ਗਏ ਨੇ। ਆ ਕੇ ਉਹਨਾਂ ਬਲਦ ਵੇਖੇ, ਬਲਦਾਂ ਦੇ ਉੱਤੇ ਤਾਂ ਕੁਝ ਵੀ ਨਹੀਂ ਸੀਗਾ ਜੀ, ਗੱਡੇ ਵਿੱਚ ਰੂੰ ਸੀ ਅਤੇ ਰੂੰ ਵਿੱਚ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਲੁਕਾਇਆ ਹੋਇਆ ਸੀਗਾ। ਹੋਰ ਕਈ ਗੱਡੇ ਸੀਗੇ ਅਤੇ ਸਾਧ ਸੰਗਤ ਜੀ ਉਹ ਗੱਡਿਆਂ ਦੀ ਗਿਣਤੀ ਕਰਦੇ ਨੇ, ਅਤੇ ਜਿਸ ਗੱਡੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੀਰ ਹੈ, ਉਹ ਗੱਡਾ ਵਿੱਚੋਂ ਅਲੋਪ ਹੋ ਜਾਂਦਾ ਜੀ, ਉਹ ਗੱਡਾ ਗਿਣਤੀ ਵਿੱਚ ਨਹੀਂ ਆਉਂਦਾ ਜੀ। ਬੜੀਆਂ ਗਿਣਤੀਆਂ ਕਰ ਕਰ ਉਹ ਗੱਡੇ ਨੂੰ ਵਿੱਚ ਲਿਆਉਣ ਦਾ ਯਤਨ ਕਰਦੇ, ਪਰ ਉਹ ਗੱਡਾ ਵਿਖਦਾ ਹੀ ਨਹੀਂ, ਗਿਣਤੀ ਨਹੀਂ ਸੀ ਪੂਰੀ ਹੁੰਦੀ ਜੀ। ਕਰ ਕਰਾ ਕੇ ਗੁਰੂ ਸਾਹਿਬ ਦੀ ਕਲਾ ਵਰਤੀ ਅਤੇ ਲੱਖੀ ਸ਼ਾਹ ਬਣਜਾਰਾ ਜੀ ਦੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਦਾ ਸਰੀਰ ਪਹੁੰਚਿਆ ਜੀ। ਨਾਲ ਦੇ ਸਾਥੀਆਂ ਨੂੰ ਆਖਿਆ ਵੀ ਸੰਸਕਾਰ ਕਰਨਾ ਅਤੇ ਕਰਨਾ ਰਾਤ ਦੇ ਸਮੇਂ, ਰਾਤ ਪਈ ਚੁੱਕੀ ਸੀਗੀ ਜੀ। ਜੇ ਦਿਨ ਚੜ੍ਹਨ ਤੱਕ ਉਡੀਕਿਆ ਤਾਂ ਹੋ ਸਕਦਾ ਸਾਡੇ ਘਰਾਂ ਦੀ ਉਹ ਤਲਾਸ਼ੀ ਲੈਣ। ਕੀਤਾ ਕਿ ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰ ਆਪਣੇ ਘਰ ਵਿੱਚ ਰੱਖ ਕੇ ਅਤੇ ਸਾਧ ਸੰਗਤ ਜੀ ਨਾਲ ਦੇ ਘਰ ਥੋੜ੍ਹੇ ਥੋੜ੍ਹੇ ਖਾਲੀ ਕਰਾਏ, ਪਰ ਆਪਣਾ ਘਰ ਨਹੀਂ ਖਾਲੀ ਕੀਤਾ ਜੀ ਉਹਨਾਂ ਨੇ। 5 ਸਰੀਰ ਨਾਲ ਲੱਗੇ, ਸਤਿਗੁਰੂ ਜੀ ਦਾ ਧੜ ਜਿਹਦੇ ਉੱਤੇ ਸੀਸ ਨਹੀਂ ਹੈਗਾ, ਸਾਧ ਸੰਗਤ ਜੀ ਉਹ ਇੱਕ ਬਿਸਤਰੇ 'ਤੇ ਲਿਟਾਇਆ, ਥੱਲੇ ਲੱਕੜਾਂ ਰੱਖੀਆਂ, ਚਿਖਾ ਦੀ ਤਰ੍ਹਾਂ ਸਭ ਕੁਝ ਤਿਆਰ ਹੋ ਗਿਆ, ਘਿਓ ਪਾਇਆ ਗਿਆ, ਕਈ ਕੁਝ ਪਾਇਆ ਗਿਆ। ਬੜੇ ਬੈਰਾਗ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦੇ ਜਿਹੜਾ ਧੜ ਹੈ ਉਸ ਨੂੰ ਅਗਨੀ ਲਗਾਈ ਗਈ ਜੀ, ਅਤੇ ਕਰਦਿਆਂ ਕਰਦਿਆਂ ਸਾਰੇ ਘਰਾਂ ਨੂੰ ਅਗਨੀ ਲੱਗ ਗਈ ਜੀ। ਲੱਖੀ ਸ਼ਾਹ ਬਣਜਾਰਾ ਜੀ ਹੁਣੀ ਬਾਹਰ ਆ ਗਏ। ਜਦੋਂ ਮਹਾਰਾਜ ਦੇ ਸਰੀਰ ਦੇ ਅੱਧਾ ਕੁ ਸੰਸਕਾਰ ਹੋ ਗਿਆ ਨਾ ਜੀ, ਫਿਰ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਸਾਡੇ ਘਰ ਅਗਨੀ ਲੱਗ ਗਈ ਹੈ, ਪਰ ਉਰੋਂ ਨੂੰ ਸਰੀਰ ਦਾ ਅੱਧਾ ਸੰਸਕਾਰ ਹੋ ਚੁੱਕਿਆ ਸੀ। ਲੋਕ ਬੁਝਾਉਣ ਦਾ ਯਤਨ ਕਰਦੇ ਤਾਂ ਫਿਰ ਕਿੱਥੋਂ ਬੁਝਣੀ ਸੀਗੀ ਜੀ। ਦਿਨ ਚੜ੍ਹਿਆ, ਬੜੀ ਛੇਤੀ ਛੇਤੀ ਅਸਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚੁਗੇ। 2 ਗਾਗਰਾਂ ਉਹ ਸਾਧ ਸੰਗਤ ਜੀ ਭਰੀਆਂ ਸਨ, ਉਹ ਥੱਲੇ ਜ਼ਮੀਨ ਦੇ ਨੱਪ ਦਿੱਤੀਆਂ। ਲੱਖੀ ਸ਼ਾਹ ਬਣਜਾਰਾ ਜੀ ਨੇ ਕਿਸੇ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ ਜੀ। ਇਹ ਸਾਰੀ ਕਥਾ ਸਾਧ ਸੰਗਤ ਜੀ ਆਪ ਜੀ ਨੇ ਕੱਲ੍ਹ ਸਰਵਣ ਕੀਤੀ। ਆਓ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ,
ਕਥਾ ਦੇ ਵਿੱਚ ਸਾਡੀ ਸੁਰਤੀ ਜੁੜ ਸਕੇ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰੋ, ਪ੍ਰੇਮ ਦੇ ਨਾਲ ਨੇਤਰ ਬੰਦ ਕਰਕੇ ਸਾਰੀ ਸੰਗਤ ਉਚਾਰਨ ਕਰੋ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣ ਕਰ ਭਨ ਹੈ ਮੂੜ ਚਵ ਗੰਤਾ। ਸੰਗਤ ਜੀ, ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜਿੱਥੇ ਪਹਿਲਾਂ ਸੀਸ ਅਲੋਪ ਹੋ ਗਿਆ, ਉੱਥੇ ਧੜ ਵੀ ਅਲੋਪ ਹੋ ਗਿਆ ਜੀ। ਕਿੱਥੇ ਧੜ ਗਿਆ ਇਸ ਗੱਲ ਬਾਰੇ ਕੋਈ ਨਹੀਂ ਪਤਾ ਲੱਗ ਰਿਹਾ। ਹਿੰਦ ਧਰਮ ਕੀ ਰਾਖੀ ਸੱਤਾ। ਤੇ ਜਦੋਂ ਔਰੰਗਜ਼ੇਬ ਇਹ ਗੱਲਾਂ ਸੁਣਦਾ ਤੇ ਔਰੰਗਜ਼ੇਬ ਆਪਣੇ ਮਨ ਵਿੱਚ ਸੋਚਦਾ ਕਿਸੇ ਨੂੰ ਕਹਿਣ ਲੱਗਿਆ ਤੇ ਡਰ ਲੱਗਦਾ, ਉਹ ਆਪਣੇ ਮਨ ਵਿੱਚ ਗੱਲਾਂ ਕਰਨ ਦਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਪੱਤ ਰੱਖ ਲਈ। ਕਹਿਣ ਲੱਗਿਆ ਪੱਤ ਰੱਖ ਲਈ, ਕਿਉਂ ਹੁਣ ਉਰਾ ਮਨ ਹੀ ਤਬਦੀਲ ਹੋ ਜਾਣਾ, ਇਸ ਪਾਸੇ ਧਿਆਨ ਹੀ ਨਹੀਂ ਜਾਣਾ ਸਾਧ ਸੰਗਤ ਜੀ ਉਹਦਾ। ਹਾਂਜੀ, ਮੋਰ ਮਨੋਰਥ ਭਇਓ ਨਾ ਸੋਈ। ਮੈਂ ਬੜਾ ਵੱਡਾ ਮਨੋਰਥ ਆਪਣੇ ਮਨ ਵਿੱਚ ਬਣਾਇਆ ਵੀ ਹਿੰਦੂ ਧਰਮ ਨੂੰ ਮੁਸਲਮਾਨ ਬਣਾ ਦੇਣਾ, ਜਗਤ ਵਿੱਚ ਹਿੰਦੂ ਨਹੀਂ ਕੋਈ ਰਹਿਣ ਦੇਣਾ ਜੀ। ਪਰ ਮੈਂ ਇਹ ਵੀ ਕੰਡੀਸ਼ਨ ਮੰਨੀ ਸੀ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਫਿਰ ਸਾਰੇ ਆਪੇ ਬਣਨਗੇ, ਮੰਨਿਆ ਹੀ ਉਹਨਾਂ ਨੇ ਗੱਲ। ਪਰ ਹੁਣ ਉਹ ਬਲੀਦਾਨ ਦੇਤਾ ਤੇ ਧਰਮ ਨਹੀਂ ਉਹਨਾਂ ਛੱਡਿਆ, ਮੁਸਲਮਾਨ ਨਹੀਂ ਉਹ ਬਣੇ, ਇਹਦਾ ਮਤਲਬ ਵੀ ਹੁਣ ਮੇਰਾ ਮਨੋਰਥ ਪੂਰਾ ਨਹੀਂ ਹੋ ਸਕਦਾ ਜੀ, ਜਿਹੜਾ ਮੈਂ ਸਭ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸਾਂ, ਹੁਣ ਮੁਸ਼ਕਲ ਹੈ। ਕਹਿਣ ਲੱਗਾ ਹਾਂਜੀ, ਕਲਮਾ ਪਠੈ ਤੁਰਕ ਜਗ ਹੋਈ। ਮੈਂ ਤੇ ਕਿਹਾ ਸੀ ਸਾਰੇ ਜਗਤ ਨੂੰ ਤੁਰਕ ਬਣਾ ਦੇਣਾ ਤੇ ਸਭ ਨੂੰ ਕਲਮਾ ਪੜ੍ਹਨੇ ਡਾ ਦੇਣਾ, ਪਰ ਮੇਰੇ ਮਨ ਦੀ ਇੱਛਾ ਪੂਰੀ ਨਹੀਂ ਹੋਈ। ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਇਸ ਤਰ੍ਹਾਂ ਪਾਪੀ ਬੰਦਿਆਂ ਦੇ ਮਨ ਦੀਆਂ ਇੱਛਾ ਪੂਰੀਆਂ ਹੋਣ ਲੱਗ ਪਈਆਂ, ਫਿਰ ਤੇ ਸਰਗੀ ਜੀ ਗੱਲ ਜੀ। ਹਾਂਜੀ, ਫਿਰ ਤੇ ਜੋ ਚਾਹੇ ਉਹ ਕੋਈ ਕਰ ਲੈ ਜੀ। ਹਾਂਜੀ, ਜਮਾਦਾਰ ਕੋ ਤਬੈ ਬੁਲਾਇਓ। ਉਹਨੇ ਜਮਾਦਾਰ ਨੂੰ ਬੁਲਾਇਆ ਜੀ, ਉਸ ਜਮਾਦਾਰ ਨੂੰ ਜਿਹਨੇ ਕਈ ਦਿਨ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ, ਤੇ ਜਿਹੜਾ ਜਮਾਦਾਰ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਕਹਿੰਦਾ ਸੀ ਮਹਾਰਾਜ ਆਪਾਂ ਚੱਲਦੇ ਹਾਂ ਦੂਰ ਥਾਂ ਤੇ ਜਾ ਕੇ ਅਸਥਾਨ ਬਣਾਵਾਂਗੇ ਤੇ ਮੈਂ ਤੁਹਾਡੀ ਸੇਵਾ ਕਰਿਆ ਕਰਾਂਗਾ ਜੀ। ਸਤ ਸੰਗਤ ਜੀ, ਉਸ ਜਮਾਦਾਰ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਸੱਦਿਆ ਜੀ। ਹਾਂਜੀ, ਤਰਜ ਕਹਿਓ ਤੈਂ ਕਿਆ ਕਰ ਆਇਓ। ਤੇ ਬੜਾ ਝਿੜਕਾਂ ਮਾਰ ਮਾਰ ਕੇ ਆਖਿਆ ਵੀ ਆਹ ਤੂੰ ਕੀ ਕਰਕੇ ਆਇਆ। ਕਹਿਣ ਲੱਗਾ ਕਿਉਂ ਹੁਣ ਬੱਸ ਤੇ ਚੱਲਦਾ ਨਹੀਂ ਸੀਗਾ, ਮਹਾਰਾਜ ਦਾ ਧੜ ਲੱਭ ਨਹੀਂ ਕਿਸੇ ਪਾਸਿਓਂ ਰਿਹਾ ਜੀ। ਹਾਂਜੀ, ਸਿਰ ਧਰ ਕੀ ਨਾ ਕਰੀ ਤਕਰਾਈ। ਕਹਿਣ ਲੱਗਾ ਨਾ ਤੇਰੇ ਕੋਲੋਂ ਗੁਰੂ ਜੀ ਦਾ ਸੀਸ ਹੀ ਸਾਂਭਿਆ ਗਿਆ ਤੇ ਨਾ ਤੇਰੇ ਕੋਲੋਂ ਗੁਰੂ ਜੀ ਦਾ ਧੜ ਹੀ ਸਾਂਭਿਆ ਗਿਆ ਜੀ। ਸਾਧ ਸੰਗਤ ਜੀ, ਜਮਾਦਾਰ ਤੇ ਪਹਿਲਾਂ ਹੀ ਮਹਾਰਾਜ ਜੀ ਦਾ ਸ਼ਰਧਾਲੂ ਬਣ ਚੁੱਕਾ ਸੀਗਾ ਜੀ, ਉਹ ਤੇ ਆਪ ਬੈਰਾਗ ਕਰਦਾ ਹੁੰਦਾ ਸੀ ਧੜ ਵੇਖ ਕੇ, ਮੇਰਾ ਵਸ ਚੱਲੇ ਸਾਰੇ ਜਗਤ ਵਿੱਚ ਸਭ ਤੋਂ ਵੱਡੀ ਵਡਿਆਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਹੈ, ਮੇਰਾ ਵਸ ਚੱਲੇ ਮੈਂ ਹੁਣੇ ਧੜ ਦਾ ਸੰਸਕਾਰ ਕਰਦਿਆਂ। ਪਰ ਔਰੰਗਜ਼ੇਬ ਬੜਾ ਕਪੱਤਾ ਜੀ, ਉਹ ਹੁਣ ਉਹਨੂੰ ਜਮਾਦਾਰ ਨੂੰ ਲਗਾਤਾਰ ਝਿੜਕਾਂ ਮਾਰ ਰਿਹਾ ਵੀ ਤੂੰ ਧੜ ਸਾਂਭ ਨਹੀਂ ਸਕਿਆ ਉਹਨਾਂ ਦਾ। ਸਭ ਤੇ ਕੋ ਲੈ ਗਇਓ ਚੁਰਾਈ। ਸਾਰਿਆਂ ਦੇ ਵਿੱਚੋਂ ਕੋਈ ਚੋਰੀ ਕਰਕੇ ਧੜ ਲੈ ਗਿਆ ਤੇ ਤੁਹਾਨੂੰ ਪਤਾ ਨਹੀਂ ਲੱਗਾ। ਸੰਗਤ ਜੀ, ਸਖਤਾਈ ਤੇ ਬਹੁਤ ਸੀਗੀ, ਇਹ ਗੁਰੂ ਜੀ ਦੀ ਕਲਾ ਵਰਤੀ ਸੀਗੀ ਜੀ। ਮਹਾਰਾਜ ਦਾ ਧੜ ਉੱਥੋਂ ਚਲੇ ਜਾਣਾ, ਤੁਸੀਂ ਦੋ ਤਿੰਨ ਦਿਨ ਇਹ ਕਥਾ ਸੁਣਦੇ ਰਹੇ ਹੋ, ਇਹ ਗੁਰੂ ਜੀ ਦੀ ਆਪਣੀ ਕਲਾ ਸੀਗੀ ਜੀ, ਬੰਦਾ ਕਿੱਥੋਂ ਉੱਥੋਂ ਇੰਨੀ ਸਖਤਾਈ ਵਿੱਚੋਂ ਧੜ ਲੈ ਕੇ ਜਾ ਸਕਦਾ ਹੈਗਾ ਜੀ। ਹਾਂਜੀ, ਹੱਥ ਜੋੜ ਤਿੰਨ ਗਾਥ ਸੁਣਾਈ। ਉਹ ਹੱਥ ਜੋੜ ਕੇ ਨਾ ਜੀ ਜਮਾਦਾਰ ਔਰੰਗਜ਼ੇਬ ਨੂੰ ਇਸ ਤਰ੍ਹਾਂ ਕਹਿਣ ਲੱਗਾ, ਹਾਂਜੀ, ਸੀਸ ਸਮੇਂ ਨਰ ਥੇ ਸਮਦਾਈ। ਕਹਿਣ ਲੱਗਾ ਬਾਦਸ਼ਾਹ ਸਲਾਮਤ, ਹਜ਼ਾਰਾਂ ਦੀ ਭੀੜ ਵਿੱਚੋਂ ਗੁਰੂ ਜੀ ਦਾ ਸੀਸ ਗਾਇਬ ਹੋਇਆ, ਮੇਰਾ ਕਸੂਰ ਨਹੀਂ ਹੈਗਾ। ਕਹਿਣ ਲੱਗਾ ਮੈਂ ਉੱਥੇ ਕੀ ਕਰ ਸਕਦਾ, ਹਜ਼ਾਰਾਂ ਬੰਦਿਆਂ ਦੀ ਭੀੜ ਸੀਗੀ ਉੱਥੇ ਤੇ ਮਹਾਰਾਜ ਦਾ ਸੀਸ ਇਕਦਮ ਬਾਅਦ ਚੋਂ ਲੱਭਿਆ ਹੀ ਨਹੀਂ, ਇਹਦੇ ਵਿੱਚ ਮੇਰਾ ਕੀ ਕਸੂਰ ਹੈ। ਕਹਿਣ ਲੱਗਾ ਹਾਂਜੀ, ਸੈਯਦ ਅਰ ਉਮਰਾਵ ਮੁਲਾਣੇ, ਤੁਹਾਡੇ ਭੇਜੇ ਹੋਏ ਮੁਲਾਣੇ ਉੱਥੇ ਸੀਗੇ
ਤੇ ਤੁਹਾਡਾ ਭੇਜਿਆ ਹੋਇਆ ਸੱਯਦ ਜਲਾਦ ਵੀ ਉੱਥੇ ਸੀਗਾ, ਪਰ ਸੀਸ ਸਾਰਿਆਂ ਦੇ ਹੁੰਦਿਆਂ ਹੁੰਦਿਆਂ ਅਲੋਪ ਹੋਇਆ। ਕਹਿਣ ਲੱਗੇ ਮੇਰਾ ਕੀ ਜਾਣਾ, ਸਾਧ ਸੰਗਤ ਇਹ ਗੁਰੂ ਸਾਹਿਬ ਦਾ ਕੀ ਵਿਗਾੜ ਸਕਦੇ ਜੀ, ਤੁਸੀਂ ਖੁਦ ਵੇਖੋ ਗੁਰੂ ਸਾਹਿਬ ਨੇ ਸਰੀਰ ਤਿਆਗਿਆ ਜੀ, ਅਤੇ ਸਰੀਰ ਤਿਆਗਣ ਤੋਂ ਬਾਅਦ ਵੀ ਇਹ ਗੁਰੂ ਜੀ ਦਾ ਸਰੀਰ ਨਹੀਂ ਸਾਂਭ ਸਕੇ ਅਤੇ ਜਿੰਦਿਆਂ ਦਾ ਕੀ ਵਿਗਾੜ ਸਕਦੇ ਸੀਗੇ ਜੀ, ਜਦੋਂ ਮਹਾਰਾਜ ਸਰੀਰ ਕਰਕੇ ਸਨ। ਵੇਖੋ ਨਾ ਸਰੀਰ ਤਿਆਗਤਾ ਮਹਾਰਾਜ ਨੇ, ਤਿਆਗੇ ਹੋਏ ਸਰੀਰ ਨੂੰ ਨਹੀਂ ਸਾਂਭ ਸਕੇ, ਅਤੇ ਮਹਾਰਾਜ ਜਦੋਂ ਸਰੀਰ ਵਿੱਚ ਸਨ ਉਦੋਂ ਇਹ ਸਾਂਭ ਸਕਦੇ ਸੀਗੇ ਤਾਂ ਸਰੀਰ ਨੂੰ ਜੀ। ਇਹ ਔਰੰਗਜ਼ੇਬ ਦਾ ਬੜਾ ਵੱਡਾ ਭੁਲੇਖਾ ਸੀਗਾ। ਜਿਹੜੇ ਮਹਾਨ ਪੁਰਸ਼ ਨੇ ਉਹ ਆਪਣੇ ਮਤੇ ਵਿੱਚ ਰਹਿੰਦੇ ਸਾਧ ਸੰਗਤ, ਪਾਪੀ ਬੰਦੇ ਕਦੀ ਵੀ ਉਹਨਾਂ ਦੀ ਸਾਰ ਨਹੀਂ ਪਾ ਸਕਦੇ ਜੀ। ਹਾਂਜੀ, ਖਰੇ ਰਹੇ ਕੁਛ ਗਏ ਨਾ ਜਾਣੇ, ਉਹ ਕਹਿਣ ਲੱਗਾ ਸਾਰਿਆਂ ਦੇ ਵਿੱਚ ਮਹਾਰਾਜ ਦਾ ਸੀਸ ਅਲੋਪ ਹੋਇਆ, ਇਹਦੇ ਚ ਮੇਰਾ ਕੀ ਕਸੂਰ ਹੈ। ਕਹਿਣ ਲੱਗਾ ਹਾਂਜੀ, ਮਹਾ ਫਤੂਰ ਧੂਰ ਜੁੱਤ ਬਾਯੂ, ਹਾਂਜੀ ਬਹੀ ਬੇਗ ਤੇ ਪਿੱਖ ਨਾ ਸਕਾਯੂ। ਤੇ ਫਿਰ ਉਹ ਕਹਿਣ ਲੱਗਾ, ਕਹਿਣ ਲੱਗਾ ਇਸੇ ਤਰ੍ਹਾਂ ਹੀ ਧੜ ਅਲੋਪ ਹੋ ਗਿਆ, ਸਾਰੇ ਸਿਪਾਹੀ ਉੱਥੇ ਹੀ ਗਏ, ਮੈਂ ਇਹਦੇ ਵਿੱਚ ਕੀ ਕਰ ਸਕਦਾ। ਬੜੀ ਚੈਕਿੰਗ ਹੋਈ ਹੈ, ਬੜੀ ਤਲਾਸ਼ੀ ਕੀਤੀ ਗਈ, ਅਤੇ ਮਹਾਰਾਜ ਦਾ ਹੁਣ ਧੜ ਨਹੀਂ ਲੱਭਾ, ਅਤੇ ਮੈਂ ਕੀ ਕਰ ਸਕਦਾ। ਕਹਿਣ ਲੱਗਾ ਮੇਰਾ ਕੀ ਕਸੂਰ ਹੈ ਇਹਦੇ ਵਿੱਚ। ਹਾਂਜੀ, ਰਹੇ ਖੋਜ ਕਿਉਂ ਹੁਣ ਨਹਿ ਪਾਇਓ, ਅਜ਼ਮਤ ਸੋ ਕੁਛ ਬਸ ਨਾ ਬਸਾਇਓ। ਲੱਟ ਕੇ ਆਖੋ ਵਾਹਿਗੁਰੂ, ਫਿਰ ਆਖੋ। ਜਮਾਂਦਾਰ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਜਦੋਂ ਗੁਰੂ ਸਾਹਿਬ ਸਰੀਰ ਕਰਕੇ ਸਨ ਨਾ, ਤੁਸੀਂ ਕਹਿੰਦੇ ਰਹੇ ਕਰਾਮਾਤ ਵਿਖਾਓ, ਕਰਾਮਾਤ ਵਿਖਾਓ, ਉਹਨਾਂ ਨਹੀਂ ਵਿਖਾਈ। ਕਹਿਣ ਲੱਗਾ ਗੁਰੂ ਜੀ ਦਾ ਸੀਸ ਨਾ ਲੱਭਾ, ਧੜ ਨਾ ਲੱਭਾ, ਇਹ ਵੀ ਛੋਟੀ ਕਰਾਮਾਤ ਨਹੀਂ ਹੈਗੀ। ਕਹਿਣ ਲੱਗਾ ਕਰਾਮਾਤ ਉਹ ਕਰ ਗਏ ਆਪਣੀ। ਕਹਿਣ ਲੱਗਾ ਹਾਂਜੀ, ਸੁਣ ਸੁਣ ਹੌਲ ਹੋਤ ਉਰਸ਼ਾਹ, ਹਾਂਜੀ ਤਉ ਨਾ ਕਹਿ ਸਹਿ ਕਹਿ ਕਿਸ ਪਾਹੂ। ਸੰਗਤ ਜੀ, ਜਿਸ ਦਿਨ ਦਾ ਸੱਚੇ ਪਾਤਸ਼ਾਹ ਨੇ ਸਰੀਰ ਤਿਆਗਿਆ, ਮਹਾਰਾਜ ਦਾ ਸ਼ਹੀਦੀ ਵਾਲਾ ਸਾਕਾ ਵਰਤਿਆ ਨਾ ਜੀ, ਭਾਈ ਸੰਤੋਖ ਸਿੰਘ ਜੀ ਲਿਖਦੇ ਉਸ ਦਿਨ ਦਾ ਔਰੰਗਜ਼ੇਬ ਨੂੰ ਅੰਦਰੋਂ ਅੰਦਰ ਹੌਲ ਪੈ ਰਹੇ ਸੀਗੇ ਜੀ, ਅੰਦਰੋਂ ਅੰਦਰ ਹੌਲ ਪੈ ਰਹੇ ਸੀਗੇ। ਪਰ ਇੱਜ਼ਤ ਵਾਲਾ ਬੜਾ ਸੀਗਾ ਜੀ, ਝੂਠੀ ਇੱਜ਼ਤ ਸੀਗੀ ਬੜੀ ਜੀ। ਇਹ ਗੱਲ ਜੇ ਲੋਕਾਂ ਨੂੰ ਦੱਸਦਾ ਤਾਂ ਰੌਲਾ ਪੈਂਦਾ ਬੜਾ ਜੀ। ਔਰੰਗਜ਼ੇਬ ਨੂੰ ਅੰਦਰ ਘਬਰਾਹਟ ਹੀ ਹੋਈ ਜਾਂਦੀ ਜੀ, ਪਤਾ ਨਹੀਂ ਕੀ ਗੱਲ ਜੀ, ਪਰ ਉਹ ਡਰਦਾ ਦੱਸਦਾ ਨਹੀਂ ਵੀ ਲੋਕ ਮੇਰੇ ਬਾਰੇ ਕੀ ਆਖਣਗੇ। ਪਾਪੀ ਬੰਦੇ ਦੇ ਅੰਦਰ ਬੇਚੈਨੀ ਵੱਧ ਜਾਏਗੀ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਜਿੰਨਾ ਬੰਦਾ ਜਪ ਤਪ ਕਰੇਗਾ, ਜਿੰਨਾ ਬੰਦਾ ਚੰਗੇ ਕੰਮ ਕਰੇਗਾ, ਓਨਾ ਹੀ ਉਹਦਾ ਮਨ ਸ਼ਾਂਤ ਰਹੇਗਾ ਜੀ, ਮਨ ਵਿੱਚ ਸੰਤੋਖ ਬਣਿਆ ਰਹੇਗਾ। ਜਿੰਨੇ ਗਲਤ ਕੰਮ ਹੋਣਗੇ ਨਾ ਬੰਦੇ ਕੋਲੋਂ, ਮਾਫ ਕਰਿਓ, ਮਨ ਓਨਾ ਬੇਚੈਨ ਹੋਏਗਾ ਜੀ, ਓਨਾ ਹੀ ਮਨ ਬੇਚੈਨ ਹੋਏਗਾ। ਅੰਦਰ ਬੇਚੈਨੀ ਜਿਹੜੀ ਹੈ ਨਾ, ਉਹ ਟਿਕਣ ਨਹੀਂ ਦਏਗੀ ਬੰਦੇ ਨੂੰ ਜੀ। ਔਰੰਗਜ਼ੇਬ ਨੂੰ ਸੰਗਤ ਦੀ ਹੌਲ ਪੈ ਰਹੇ ਜੀ। ਔਰੰਗਜ਼ੇਬ ਆਪਣੀ ਇੱਜ਼ਤ ਦਾ ਮਾਰਿਆ ਡਰਦਾ ਹੋਇਆ ਨਹੀਂ ਕਿਸੇ ਨੂੰ ਦੱਸਦਾ ਵੀ ਮੈਨੂੰ ਹੌਲ ਪੈ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਬਾਣੀ 'ਚ ਨਹੀਂ ਲਿਖਦੇ ਪਾਪੀ ਕਰਮ ਕਮਾਵਦੇ ਤੇ ਕੀ ਕਰਦੇ ਜੀ, ਉਹ ਕਰਦੇ ਹਾਏ ਹਾਏ, ਹਾਏ ਹਾਏ ਕਰਨਾ ਪੈਂਦਾ, ਪਰ ਕਰਨ ਕੀ ਜੀ ਉਹ। ਫਿਰ ਹਾਏ ਹਾਏ ਕਰਦੇ ਤੇ ਲੋਕਾਂ ਨੂੰ ਫਿਰ ਸਾਧ ਸੰਗਤ ਜੀ ਦੱਸ ਨਹੀਂ ਸਕਦੇ ਜੀ ਉਹ। ਹਾਂਜੀ, ਰਾਤ ਪ੍ਰਵਿਰਤੀ ਚਿੰਤ ਅਧੀਨਾ, ਔਰੰਗਜ਼ੇਬ ਸਾਰੀ ਸਾਰੀ ਰਾਤ ਔਰੰਗਜ਼ੇਬ ਨੂੰ ਨੀਂਦ ਨਹੀਂ ਸੀ ਆਉਂਦੀ ਜੀ। ਜਿਸ ਦਿਨ ਦੇ ਮਹਾਰਾਜ ਸ਼ਹੀਦ ਹੋਏ ਨਾ ਜੀ, ਔਰੰਗਜ਼ੇਬ ਨੂੰ ਸਾਰੀ ਸਾਰੀ ਰਾਤ ਨੀਂਦ ਨਹੀਂ ਸੀ ਆਉਂਦੀ। ਪਰ ਔਰੰਗਜ਼ੇਬ ਡਰਦਾ ਕਿਸੇ ਨਾਲ ਗੱਲ ਨਹੀਂ ਸੀ ਕਰਦਾ ਹੁੰਦਾ ਜੀ, ਵੀ ਮੈਂ ਕੀ ਆਖਾਂ ਕਿਸੇ ਨੂੰ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਪਾਪੀ ਬੰਦਾ ਅੰਦਰੋਂ ਝੂਰਦਾ ਰਹੇਗਾ ਜੀ। ਸੰਗਤ ਜੀ ਤਾਂ ਆਪਾਂ ਇੱਕ ਗੱਲ ਸਮਝੀਏ ਜੀ, ਕਰੋੜਾਂ ਰੁਪਈਏ ਬੰਦਿਆਂ ਕੋਲ ਹੈਗੇ ਜੀ, ਕਰੋੜਾਂ ਰੁਪਈਏ ਜੀ, ਪਰ ਜੇ ਉਹਨਾਂ ਦੇ ਕੋਲ ਬੈਠੋ ਤੇ ਦੁੱਖ ਸੁਣਾਉਣ ਲੱਗ ਪੈਂਦੇ ਜੀ ਉਹ ਜੀ। ਸਰੀਰ ਦੇ ਸੁੱਖਾਂ ਦੇ ਸਾਧਨ ਤੇ ਬੜੇ ਲੱਭ ਲਏ, ਪਰ ਜਿਹੜਾ ਮਨ ਹੈ ਨਾ, ਮਨ ਉਹਨੂੰ ਸੁਖੀ ਕਰਨ ਦਾ ਸਾਧਨ ਨਹੀਂ ਲੱਭਾ ਜੀ। ਫਿਰ ਗੱਲ ਧਿਆਨ ਨਾ ਸੁਣਿਓ, ਇਹੋ ਜਿਹੇ ਬੰਦੇ ਹੈਗੇ ਜਿਹਨਾਂ ਦੀਆਂ ਕੋਠੀਆਂ ਬੜੀਆਂ ਬੜੀਆਂ ਵੱਡੀਆਂ, ਜਿਹਨਾਂ ਕੋਲ ਕਰੋੜਾਂ ਰੁਪਈਏ ਨੇ, ਪਰ ਕਰੋੜਾਂ ਰੁਪਈਏ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਮਨ ਸ਼ਾਂਤ ਨਹੀਂ ਹੈਗਾ ਜੀ।
ਉਹਨਾਂ ਦਾ ਮਨ ਸ਼ਾਂਤ ਨਹੀਂ ਹੈਗਾ, ਦੁਖੀ ਪਏ ਜੀ ਉਹ। ਤੁਸੀਂ ਇਹੋ ਜਿਹੇ ਬੰਦੇ ਵੇਖ ਸਕਦੇ ਹੋ, ਤੁਹਾਡੇ ਆਲੇ ਦੁਆਲੇ ਹੋਣਗੇ ਜੀ ਕਈ ਜੀ। ਪੁੱਛ ਲਿਓ, ਜਿਹੜਾ ਜਿੰਨਾ ਵੱਡਾ ਮਾਇਆਧਾਰੀ ਵੇਖਦਾ ਨਾ ਜੀ, ਉਹਨੂੰ ਪੁੱਛ ਕੇ ਵੇਖ ਲਿਓ, ਕੋਈ ਨਾ ਕੋਈ ਦੁੱਖ ਚੰਬੜਿਆ ਹੋਏਗਾ ਜੀ ਉਹਨੂੰ ਜੀ। ਉਹ ਸੁਖੀ ਨਹੀਂ ਹੁੰਦਾ ਜੀ, ਕਿਉਂ? ਸੁਖੀ ਤਨ ਤੇ ਹੁੰਦਾ, ਪਰ ਤਨ ਤਾਂ ਸੁਖੀ ਹੈ ਜੇ ਅੰਦਰੋਂ ਮਨ ਸੁਖੀ ਹੋਏਗਾ ਸੰਗਤ ਜੀ। ਤੇ ਮਾਫ ਕਰਿਓ, ਮਨ ਮਾਇਆ ਦੇ ਨਾਲ ਸੁਖੀ ਨਹੀਂ ਹੋਣਾ, ਗੱਜ ਕੇ ਆਖੋ। ਜੇ ਮਨ ਪੈਸਿਆਂ ਨਾਲ ਹੀ ਸੁਖੀ ਹੋਵੇ ਨਾ ਜੀ, ਤਾਂ ਜਿੰਨੇ ਸਰਮਾਏਦਾਰ ਬੰਦੇ ਸਾਰੇ ਸੰਤ ਬਣੇ ਹੋਣ ਜੀ, ਸਾਰੇ ਸੁਖੀ ਹੋਣ ਜੀ। ਸੁਖੀ ਕੌਣ ਹੈ? ਮਹਾਰਾਜ ਕਹਿੰਦੇ, ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਜਿਹੜਾ ਸਿਮਰਨ ਕਰਦਾ, ਜਿਹੜਾ ਜਾਪ ਕਰਦਾ, ਗੱਜ ਕੇ ਆਖੋ ਵਾਹਿਗੁਰੂ। ਸੁੱਖ ਵਾਲਾ ਜਿਹੜਾ ਸੰਗਤ ਜੀ, ਉਹ ਤੇ ਕੁੱਲੀ ਚ ਬੈਠਾ ਸੁਖੀ ਹੈਗਾ ਜੇ। ਬਸਤਾ ਟੁੱਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪ੍ਰਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਉਹ ਨਾਮ ਜਪਦਾ ਜੀ, ਹੁਣ ਬੜੇ ਧਿਆਨ ਨਾਲ ਸੁਣਨੀ, ਔਰੰਗਜ਼ੇਬ ਵਿਚਾਰਾ ਅੰਦਰੋਂ ਦੁਖੀ ਹੈਗਾ ਜੀ, ਕਿੱਡਾ ਵੱਡਾ ਰਾਜਾ ਬਾਦਸ਼ਾਹ ਜੀ ਉਹ, ਪਰ ਜਿਸ ਦਿਨ ਦੇ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ, ਉਸ ਦਿਨ ਦੀ ਔਰੰਗਜ਼ੇਬ ਨੂੰ ਨੀਂਦ ਨਹੀਂ ਆਈ ਰਾਤ ਜੀ। ਔਰੰਗਜ਼ੇਬ ਬੜਾ ਦੁਖੀ ਹੈਗਾ ਅੰਦਰੋਂ ਜੀ, ਪਰ ਡਰਦਾ ਹੋਇਆ ਕਿਸੇ ਨਾਲ ਗੱਲ ਨਹੀਂ ਕਰਦਾ। ਬੜੇ ਬੜੇ ਸਰਮਾਏਦਾਰ ਬੰਦੇ ਵੇਖੇ ਜੀ, ਉਹ ਅੰਦਰੋਂ ਦੁਖੀ ਹੁੰਦੇ, ਪਰ ਫੋਕੀ ਟੌਰ ਇੰਨੀ ਹੁੰਦੀ ਵੀ ਫੋਕੀ ਟੌਰ ਕਰਕੇ ਆਪਣਾ ਦੁੱਖ ਨਹੀਂ ਕਿਸੇ ਨੂੰ ਦੱਸ ਸਕਦੇ ਜੀ। ਤੇ ਮਾਫ ਕਰਿਓ, ਉਹ ਆਮ ਬੰਦੇ ਤੋਂ ਜ਼ਿਆਦਾ ਤਰਸਯੋਗ ਹਾਲਤ ਵਿੱਚ ਹੁੰਦੇ ਜੀ, ਆਮ ਬੰਦੇ ਤੋਂ ਜ਼ਿਆਦਾ ਜੀ। ਹਰ ਵਕਤ ਮਨ ਦੀ ਬੇਚੈਨੀ ਜੀ ਬਣੀ ਰਹਿਣੀ ਜੀ। ਜਪ ਤਪ ਸਿਮਰਨ ਕਰਨ ਵਾਲੇ ਨੂੰ ਕਿਤੇ ਇੱਕ ਘੰਟਾ ਵੀ ਅੰਦਰ ਬੇਚੈਨੀ ਬਣ ਜੇ, ਤੁਹਾਡਾ ਮਨ ਹਿੱਲ ਜਾਏਗਾ ਸਾਰਾ ਜੀ। ਮਨ ਸ਼ਬਦ ਵਿੱਚ ਨਹੀਂ ਲੱਗੇਗਾ, ਮਨ ਧਿਆਨ ਧਿਆਨ ਨਹੀਂ ਜੁੜੇਗਾ ਉਹਦਾ ਜੀ। ਪਰ ਬੜੇ ਬੜੇ ਇਹੋ ਜਿਹੇ ਬੰਦੇ ਜਿਨ੍ਹਾਂ ਦੇ ਅੰਦਰ ਬੇਚੈਨੀ ਬਣੀ ਹੋਈ ਤੇ ਡਰਦਿਆਂ ਹੀ ਨਹੀਂ ਉਹ ਕਿਸੇ ਨੂੰ ਦੱਸਦੇ ਵੀ ਸਾਡੀ ਇੱਜ਼ਤ ਬੜੀ ਬਣੀ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਚ ਕਹਿੰਦੇ, ਮਹਾਰਾਜ ਕਹਿੰਦੇ, ਦੁਨੀਆਂ ਕੀਆਂ ਵਡਿਆਈਆਂ, ਕਵਨੈ ਆਵੈ ਕਾਮ, ਮਾਇਆ ਕਾ ਰੰਗ ਸਭ ਫਿੱਕਾ, ਜਾਤੋ ਬਿਨਸ ਨਿਦਾਨ। ਔਰੰਗਜ਼ੇਬ ਬੜਾ ਬੇਚੈਨ ਹੈ, ਔਰੰਗਜ਼ੇਬ ਨੂੰ ਨੀਂਦ ਨਹੀਂ ਆਉਂਦੀ ਉਸ ਦਿਨ ਦੀ, ਪਰ ਔਰੰਗਜ਼ੇਬ ਡਰਦਾ ਹੀ ਨਹੀਂ ਕਿਸੇ ਨੂੰ ਦੱਸਦਾ ਜੀ ਆਪਣੀ ਗੱਲ ਜੀ। ਹਾਂਜੀ, ਰੁਚ ਕਰ ਖਾਣਾ ਖਾਣ ਨਾ ਕੀਨਾ, ਤੇ ਹੋਰ ਗੱਲ ਤੁਹਾਨੂੰ ਇਹ ਬੇਚੈਨੀ ਦਾ ਅੰਦਰ ਨਾ, ਜਿਹੜੇ ਅੰਦਰ ਬੇਚੈਨੀ ਹੋਵੇ ਉਹ ਫਿਰ ਰੱਜ ਕੇ ਪ੍ਰਸ਼ਾਦਾ ਨਹੀਂ ਛਕੇਗਾ ਜੀ। ਜਿਹਦੇ ਅੰਦਰ ਸੰਤੋਖ ਹੈਗਾ ਜਾਂ ਕੋਈ ਰਸ ਹੈ ਜਾਂ ਐ ਟੈਨਸ਼ਨ ਫਰੀ ਜਿਹਨੂੰ ਆਪਾਂ ਕਹਿੰਦੇ, ਉਹ ਰੱਜ ਕੇ ਪ੍ਰਸ਼ਾਦਾ ਛਕਦਾ ਜੀ। ਜਿਸ ਦਿਨ ਦੀ ਮਹਾਰਾਜ ਦੀ ਸ਼ਹੀਦੀ ਹੋਈ ਹੈ, ਔਰੰਗਜ਼ੇਬ ਨੇ ਉਸ ਦਿਨ ਤੋਂ ਬਾਅਦ ਸਾਧ ਸੰਗਤ ਜੀ ਰੱਜ ਕੇ ਪ੍ਰਸ਼ਾਦਾ ਨਹੀਂ ਛਕਿਆ ਜੀ। ਛਕਿਆ ਕਿੱਥੋਂ ਜਾਣਾ ਸੀ, ਪਾਪ ਬੜਾ ਵੱਡਾ ਉਹ ਬੈਠਾ ਜੀ, ਪੂਰਾ ਰੋਟੀ ਪ੍ਰਸ਼ਾਦਾ ਸਭ ਬੰਦ ਜੀ ਉਹਦਾ ਜੀ। ਥੋੜਾ ਜਿਹਾ ਛਕਦਾ, ਉਹ ਵੀ ਰੁਚੀ ਨਾਲ ਨਹੀਂ ਛਕਦਾ ਜੀ। ਹਾਂਜੀ, ਜਬ ਪ੍ਰਿਅੰਕ ਪਰ ਪਹੁੰਚਿਓ ਪਾਪੀ, ਜਦੋਂ ਪਾਪੀ ਇੱਕ ਦਿਨ ਰਾਤ ਆਪਣੇ ਮੰਜੇ ਤੇ ਪਹੁੰਚਿਆ ਨਾ ਜੀ, ਆਪਣੇ ਮੰਜੇ ਤੇ ਸੌਣ ਵਾਸਤੇ ਪਹੁੰਚਿਆ, ਹਿਤ ਸੁਪਤਨ ਕੇ ਨਿੰਦਰਾ ਵਿਆਪੀ, ਜੈ ਗੁਰਮੁਖੋ, ਇੱਕ ਦਿਨ ਕਈ ਦਿਨ ਹੋ ਗਏ ਤੋਂ ਔਰੰਗਜ਼ੇਬ ਨੂੰ ਨੀਂਦ ਨਹੀਂ ਆਈ ਜੀ। ਤੇ ਸੰਗਤ ਜੀ, ਇੱਕ ਦਿਨ ਲੰਮਾ ਪਿਆ ਪਿਆ ਔਰੰਗਜ਼ੇਬ ਦੀ ਕਿਤੇ ਅੱਖ ਲੱਗ ਗਈ ਜੀ, ਗੱਜ ਕੇ ਆਖੋ। ਔਰੰਗਜ਼ੇਬ ਰਾਤ ਆਪਣੇ ਮੰਜੇ ਤੇ ਗਿਆ ਤੇ ਉਹਨੂੰ ਨੀਂਦ ਆ ਗਈ ਜੀ, ਕਿਤੇ ਅੱਖ ਲੱਗ ਗਈ ਉਹਦੀ ਜੀ। ਹਾਂਜੀ, ਮਤੀ ਦਾਸ ਜੋ ਗੁਰੂ ਦੀਵਾਨ, ਹੱਥ ਜੋੜੋ ਤੇ ਗੱਜ ਕੇ ਆਖੋ ਸਾਰੇ ਵਾਹਿਗੁਰੂ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ, ਜਿਹੜੇ ਭਾਈ ਮਤੀ ਦਾਸ ਜੀ ਸਨ ਨਾ, ਬਜ਼ੁਰਗ ਗੁਰੂ ਘਰ ਦੇ ਦੀਵਾਨ, ਹਾਂਜੀ, ਪ੍ਰਥਮ ਸ਼ਹੀਦ ਭਇਓ ਤੇ ਸਥਾਨ, ਜਿਹੜੇ ਸਭ ਤੋਂ ਪਹਿਲਾਂ ਉਸ ਥਾਂ ਉੱਤੇ ਸ਼ਹੀਦ ਹੋਏ ਹੋਏ ਸੀਗੇ। ਹਾਂਜੀ, ਅਪਰਾਧੀ ਕੇ ਢਿੱਗ ਚੱਲ ਗਯੋ, ਤੇ ਸ਼ਹੀਦ ਸਿੰਘਾਂ ਦੇ ਚੋ ਜੀ ਨਰਾਲੇ ਹੁੰਦੇ ਜੀ। ਔਰੰਗਜ਼ੇਬ ਨੂੰ ਥੋੜੀ ਜੀ ਨੀਂਦ ਆਈ ਤੇ ਸ਼ਹੀਦ ਸਿੰਘ ਭਾਈ ਮਤੀ ਦਾਸ ਜੀ ਸਾਧ ਸੰਗਤ ਜੀ ਔਰੰਗਜ਼ੇਬ ਦੇ ਕੋਲ ਪਹੁੰਚ ਗਏ ਜੀ। ਉਹ ਜੀ ਔਰੰਗਜ਼ੇਬ ਦੇ ਕੋਲ ਪਹੁੰਚ ਗਏ। ਇਹ ਜਦੋਂ ਪੰਜ ਤੱਤਾਂ ਦਾ ਸਰੀਰ ਛੁੱਟਦਾ ਤੇ 17 ਤੱਤਾਂ ਦਾ ਬਣ ਜਾਂਦਾ ਜੀ, ਜਿਹਨੂੰ ਆਪਾਂ ਸੂਖਮ ਦੇ ਕਹਿੰਦੇ ਹਾਂ ਜੀ। ਸ਼ਹੀਦ ਸਿੰਘ ਇਹਨਾਂ ਤੱਤਾਂ ਦੇ ਹੁੰਦੇ ਜੀ। ਹਾਂਜੀ,
ਉਹ ਭਾਈ ਮਤੀ ਦੱਸ ਜੀ ਔਰੰਗਜ਼ੇਬ ਦੇ ਸਰਾਣੇ ਪਹੁੰਚ ਗਏ ਜੀ ਆ ਕੇ ਸੌਣ ਨਹੀਂ ਦੇਣਾ ਉਹਨੂੰ ਪਾਪੀ ਨੂੰ ਜੀ ਹਾਂਜੀ ਅਧਿਕ ਕ੍ਰੋਧ ਹਿਰਦੇ ਉਪਜਾਇਓ ਉਹ ਬੜੇ ਵੀਰ ਰਸ ਵਿੱਚ ਆਏ ਜੀ ਭਾਈ ਮਤੀ ਦੱਸ ਜੀ ਵੀ ਸਾਡੇ ਸਤਿਗੁਰੂ ਜੀ ਦੀ ਬੇਅਦਬੀ ਕਰਕੇ ਇਹਨੂੰ ਅੱਜ ਨੀਂਦ ਕਿਵੇਂ ਆਈ ਅੱਜ ਦੀ ਕਈ ਦਿਨ ਹੋ ਗਏ ਸੁੱਤਾ ਨਹੀਂ ਚਲੋ ਇੱਕ ਦਿਨ ਆ ਗਈ ਜੀ ਉਹਨੂੰ ਵਿਚਾਰੇ ਨੂੰ ਨੀਂਦ ਵਿਚਾਰਾ ਤਾਂ ਨਹੀਂ ਚਲੋ ਪਾਪੀ ਨੂੰ ਨੀਂਦ ਆ ਗਈ ਇੱਕ ਦਿਨ ਜੀ ਹਾਂਜੀ ਤਾਉ ਗੁਰੂ ਤੇ ਧਾਰੈ ਤਰਾਸ ਫਿਰ ਵੀ ਭਾਈ ਮਤੀ ਦਾਸ ਜੀ ਨੇ ਤੇ ਮਨ ਚ ਸੋਚਿਆ ਵੀ ਇਹਨੂੰ ਹੁਣੇ ਹੀ ਮੈਂ ਮਾਰ ਦਿਆਂ ਜੀ ਔਰੰਗਜ਼ੇਬ ਨੂੰ ਹੁਣੇ ਮਾਰ ਦਿਆਂ ਸ਼ਹੀਦ ਸਿੰਘ ਵਾਸਤੇ ਕਿਹੜੀ ਵੱਡੀ ਗੱਲ ਹੈਗੀ ਜੀ ਇਹਨੂੰ ਹੁਣੇ ਹੀ ਮਾਰ ਦਈਏ ਪਰ ਗੁਰੂ ਸਾਹਿਬ ਜੀ ਦੇ ਭੈ ਕਰਕੇ ਉਹਨਾਂ ਨੇ ਉਹਨੂੰ ਮਾਰਿਆ ਨਹੀਂ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਡੇ ਤੇ ਨਾਰਾਜ਼ਗੀ ਨਾ ਜ਼ਾਹਰ ਕਰਨ ਕਿਤੇ ਹਾਂਜੀ ਪਾਟੀ ਤਬ ਪ੍ਰਿਅੰਕ ਕੀ ਗਈ ਹਾਂਜੀ ਡਾਰਿਓ ਉਲਟ ਗਿਰਿਓ ਤਰ ਤਹੀ ਤੇ ਗੱਜ ਕੇ ਆਖੋ ਵਾਹਿਗੁਰੂ ਸਾਧ ਸੰਗਤ ਜੀ ਔਰੰਗਜ਼ੇਬ ਦਾ ਜਿਹੜਾ ਸਿਰ ਸੀ ਨਾ ਸਿਰ ਵਾਲੇ ਪਾਸੇ ਦੀ ਜਿਹੜੀ ਬਾਹੀ ਸੀ ਭਾਈ ਮਤੀ ਦਾਸ ਜੀ ਸ਼ਹੀਦ ਉਹਨਾਂ ਨੇ ਆਪਣੀ ਤਾਕਤ ਦੇ ਨਾਲ ਉਹਦੀ ਬਾਹੀ ਪਾੜ ਦਿੱਤੀ ਜੀ ਉਸ ਵਾਲੇ ਪਾਸੇ ਦੀ ਜੀ ਮੰਜੇ ਦੀ ਬਾਈ ਨਾ ਜੀ ਪਾੜ ਦਿੱਤੀ ਉਸ ਪਾਸੇ ਦੀ ਜੀ ਹੁਣ ਇਹ ਗੱਲਾਂ ਗੁਪਤ ਰੂਪ ਵਿੱਚ ਵਰਤਦੀਆਂ ਜੀ ਜਦੋਂ ਔਰੰਗਜ਼ੇਬ ਦੇ ਮੰਜੇ ਦੀ ਬਾਈ ਪਾੜ ਦਿੱਤੀ ਨਾ ਰਾਤ ਨੂੰ ਤੇ ਸਾਧ ਸੰਗਤ ਔਰੰਗਜ਼ੇਬ ਦੜੰਮ ਕਰਦਾ ਥੱਲੇ ਡਿੱਗਾ ਜੀ ਨੀਂਦ ਖੁੱਲ ਗਈ ਉਹਦੀ ਗੱਜ ਕੇ ਆਖੋ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ ਦੀ ਬੇਅਦਬੀ ਕਰਕੇ ਪਾਪੀ ਨੂੰ ਨੀਂਦ ਕਿਉਂ ਆਵੇ ਜੀ ਹਾਂਜੀ ਦੜੰਬ ਕਰਦਾ ਥੱਲੇ ਡਿੱਗਾ ਔਰੰਗਜ਼ੇਬ ਹਾਂਜੀ ਪੜਭਾਏ ਠੰਡ ਹੋਏ ਗਏ ਬੜੇ ਗੁੱਸੇ ਨਾਲ ਉੱਠ ਕੇ ਖਲੋ ਕੇ ਵੇਖਿਆ ਵੀ ਮੇਰਾ ਮੰਜਾ ਕਿੰਨੇ ਤੋੜਿਆ ਆ ਕੇ ਜੀ ਹਾਂਜੀ ਸ਼ਬਦ ਸ਼੍ਰਵਣ ਮੈਂ ਇਨ ਸੁਮ ਲਇਓ ਤੇ ਭਾਈ ਮਤੀ ਦਾਸ ਜੀ ਦੀ ਆਵਾਜ਼ ਗੂੰਜੀ ਉਹਦੇ ਕਮਰੇ ਵਿੱਚ ਜੀ ਗੱਜ ਕੇ ਆਖੋ ਭਾਈ ਮਤੀ ਦਾਸ ਜੀ ਦੀ ਆਵਾਜ਼ ਉਹਦੇ ਕਮਰੇ ਵਿੱਚ ਗੂੰਜੀ ਭਾਈ ਮਤੀ ਦਾਸ ਜੀ ਇਉਂ ਬੋਲੇ ਦਿੱਲੀਪੁਰ ਮੈਂ ਜੇ ਸੁਪਤੇ ਹੈ ਪਾਪੀ ਜੇ ਤੂੰ ਦਿੱਲੀ ਦੇ ਵਿੱਚ ਰਾਤ ਸੁੱਤਾਂ ਕਹਿਣ ਲੱਗੇ ਹਾਂਜੀ ਪ੍ਰਾਨ ਬਿਨਾਸ ਆਪਣੇ ਪੈ ਤੇ ਚੇਤਾ ਰੱਖੀ ਜਿੱਦਣ ਤੂੰ ਦਿੱਲੀ ਵਿੱਚ ਰਾਤ ਸੁੱਤਾ ਅੱਜ ਤੇ ਤੈਨੂੰ ਬਖਸ਼ ਦਿੱਤਾ ਅਗਲੀ ਵਾਰੀ ਸਿੱਧਾ ਮਾਰਨਾ ਹੀ ਕਹਿਣ ਲੱਗੇ ਤੈਨੂੰ ਅਗਲੀ ਵਾਰੀ ਤੇਰੀ ਜਾਨ ਕੱਢ ਦੇਣੀ ਗੱਜ ਕੇ ਆਖੋ ਹਾਂਜੀ ਸਾਧ ਸੰਗਤ ਜੀ ਆਪਾਂ ਇਹ ਤੇ ਵੇਖ ਲੈਂਦੇ ਵੀ ਪਾਪੀ ਪਾਪ ਕਰ ਰਿਹਾ ਉਹਦਾ ਬਾਅਦ ਚੋਂ ਹਾਲ ਕੀ ਹੁੰਦਾ ਇਹ ਵੀ ਵੇਖਣਾ ਚਾਹੀਦਾ ਜੀ ਕਹਿਣ ਲੱਗੇ ਜੇ ਤੂੰ ਹੁਣ ਸੁੱਤਾ ਨਾ ਇੱਥੇ ਦਿੱਲੀ ਵਿੱਚ ਤੇ ਤੇਰੀ ਜਾਨ ਕੱਢ ਲਵਾਂਗੇ ਤੈਨੂੰ ਮਾਰ ਦਿਆਂਗੇ ਹਾਂਜੀ ਵਹਿਰ ਨਗਰ ਤੇ ਨਿਕਸ ਸਿਧਾਵੋ ਦੌੜ ਜਾ ਇੱਥੋਂ ਦਿੱਲੀ ਵਿੱਚੋਂ ਹਾਂਜੀ ਇਹ ਸ਼ਹੀਦ ਸਿੰਘ ਹੀ ਕਹਿ ਸਕਦਾ ਜੀ ਔਰੰਗਜ਼ੇਬ ਨੂੰ ਜੀ ਉਹਦੇ ਨੌਕਰ ਚਾਕਰ ਥੋੜ੍ਹੀ ਕਹਿ ਸਕਦੇ ਜੀ ਔਰੰਗਜ਼ੇਬ ਨੂੰ ਆਖਿਆ ਦੌੜ ਜਾਏ ਇੱਥੋਂ ਦਿੱਲੀ ਵਿੱਚੋਂ ਹਾਂਜੀ ਪ੍ਰਲਾਭਦ ਲਓ ਜੀਵਨ ਪਾਵੋ ਜੇ ਜਿਉਣਾ ਚਾਹੁੰਦਾ ਤੇ ਇੱਥੋਂ ਕਿਤੇ ਹੋਰ ਚਲੇ ਜਾ ਦਿੱਲੀ ਵਿੱਚ ਨਹੀਂ ਉਹ ਤੈਨੂੰ ਸੌਣ ਦੇਣਾ ਅਸੀਂ ਕਹਿਣ ਲੱਗੇ ਦਿੱਲੀ ਵਿੱਚ ਨਹੀਂ ਸੌਣ ਦੇਣਾ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਤਿੰਨ ਚਾਰ ਦਿਨਾਂ ਤੋਂ ਦਾਸ ਸਾਹਿਬ ਜੀ ਨੂੰ ਰੋਜ਼ ਬੇਨਤੀ ਕਰਨ ਦਿਆ ਸਾਧ ਸੰਗਤ ਜੀ ਜੇ ਕਿਤੇ ਦਿੱਲੀ ਵਿੱਚ ਕਿਤੇ ਚੜ੍ਹਦੀ ਕਲਾ ਹੈਗੀ ਨਾ ਕਿਸੇ ਦੀ ਤੇ ਮਾਫ ਕਰਿਓ ਸਰਕਾਰਾਂ ਦੀ ਵੀ ਚੜ੍ਹਦੀ ਕਲਾ ਨਹੀਂ ਚ ਹੈਗੀ ਚੜ੍ਹਦੀ ਕਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਦੀ ਹੈ ਜੀ ਉੱਥੇ ਜੀ ਮਾਫ ਕਰਿਓ ਸਰਕਾਰ ਦੀ ਹਿੱਕ ਦੇ ਉੱਤੇ ਨਿਸ਼ਾਨ ਸਾਹਿਬ ਲੱਗਾ ਹੋਇਆ ਜੀ ਪਾਰਲੀਮੈਂਟ ਦੇ ਬਿਲਕੁਲ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਸ਼ਾਨ ਸਾਹਿਬ ਲੱਗਾ ਤੇ ਸਰਕਾਰ ਦਾ ਝੰਡਾ ਉਸ ਨਿਸ਼ਾਨ ਸਾਹਿਬ ਤੋਂ ਨੀਵਾਂ ਹੈ ਨੀਵਾਂ ਜੀ ਕਿਹਦਾ ਨਿਸ਼ਾਨ ਉੱਚਾ ਹੋਇਆ ਜੀ ਹਾਂਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅੱਜ ਵੀ ਨਿਸ਼ਾਨ ਸਾਹਿਬ ਉੱਚਾ ਜੀ ਇੱਕ ਨਾ ਜੀ ਵਿਦਵਾਨ ਹੋਇਆ ਗਗਨ ਪਾਕਿਸਤਾਨੀ ਉਹ ਕਹਿੰਦਾ ਲਾਲ ਕਿਲੇ ਤੇਰਾ ਕੀ ਜ਼ਮੀਰ ਹੈਗਾ ਕਹਿਣ ਲੱਗੇ ਤੇਰਾ ਕੀ ਜ਼ਮੀਰ ਹੈ ਪਹਿਲਾਂ ਮੁਗਲ ਤੇਰੇ 'ਤੇ ਝੰਡਾ ਲਹਿਰਾਉਂਦੇ ਰਹੇ ਫਿਰ ਅੰਗਰੇਜ਼ਾਂ 'ਚ ਲਾਇਆ ਉਹ ਵੀ ਝੰਡਾ ਲੱਥ ਗਿਆ ਪਹਿਲਾਂ ਮੁਗਲਾਂ ਦਾ ਝੰਡਾ ਲੱਥਾ ਫਿਰ ਅੰਗਰੇਜ਼ਾਂ ਦਾ ਝੰਡਾ ਲੱਥਾ ਹੁਣ ਅੱਜ ਵਾਲੀ ਸਰਕਾਰ ਦਾ ਝੰਡਾ ਕਹਿਣ ਲੱਗੇ ਪਰ ਵੇਖ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰ ਉੱਥੇ ਇੱਕ ਵਾਰੀ ਨਿਸ਼ਾਨ ਸਾਹਿਬ ਲੱਗਾ ਅੱਜ ਤੱਕ ਝੂਲ ਰਿਹਾ ਕਹਿਣ ਲੱਗੇ ਉੱਥੋਂ ਦਾ ਨਿਸ਼ਾਨ ਸਾਹਿਬ ਨਹੀਂ ਲੱਥਾ ਗੱਜ ਕੇ ਆਖੋ ਵਡਿਆਈ ਗੁਰੂ ਦੀ ਹੈ ਸਾਧ ਸੰਗਤ ਜੀ ਇਹਨਾਂ ਪਾਪੀਆਂ ਦਾ ਕੀ ਹੈਗਾ ਜੀ ਕਉ ਹਰ ਸਮਾਨ ਨਹੀਂ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ
ਔਰੰਗਜ਼ੇਬ ਨੂੰ ਭਾਈ ਮਤੀ ਦਾਸ ਜੀ ਸ਼ਹੀਦ ਆ ਕੇ ਉਹਨਾਂ ਦਬਕਾ ਲਾਇਆ ਜੀ ਫਿਰ ਜੀ ਹਾਂਜੀ ਕਹਿਣ ਲੱਗੇ ਦੌੜ ਜਾ ਦਿੱਲੀ ਵਿੱਚੋਂ ਤੈਨੂੰ ਇੱਥੇ ਸੌਣ ਨਹੀਂ ਉਹ ਦੇਣਾ ਸੀ ਕਹਿਣ ਲੱਗੇ ਇੱਥੋਂ ਦੌੜ ਜਾ ਜੇ ਤੂੰ ਆਪਣਾ ਬਚਾਅ ਚਾਹੁੰਦਾ ਕਹਿਣ ਲੱਗੇ ਜੇ ਤੂੰ ਇੱਥੇ ਦਿੱਲੀ ਵਿੱਚ ਸੁੱਤਾ ਤਾਂ ਤੈਨੂੰ ਮਾਰ ਦੇਣਾ ਹੀ ਅਸੀਂ ਕਹਿਣ ਲੱਗੇ ਹਾਂਜੀ ਬਾਹਰ ਨਰਕ ਮੈਂ ਪਾਏ ਸਜਾਈ ਤੇ ਮਾਰ ਦੇ ਮਾਰ ਕੇ ਨਾ ਤੈਨੂੰ ਤੇ ਨਰਕਾਂ ਚ ਸੁੱਟਾਂਗੇ ਅਸੀਂ ਗੱਜ ਕੇ ਆਖੋ ਹਾਂਜੀ ਇਹ ਤਾਂ ਸਿੱਧੀ ਪ੍ਰਤੱਖ ਗੱਲ ਜੀ ਔਰੰਗਜ਼ੇਬ ਅੱਜ ਤੱਕ ਨਰਕਾਂ ਚ ਪਿਆ ਹੋਏਗਾ ਜੀ ਇੰਨਾ ਵੱਡਾ ਪਾਪ ਉਹਦੇ ਹੱਥੋਂ ਹੋਇਆ ਸਾਧ ਸੰਗਤ ਜੀ ਜਿਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ ਜੀ ਅੱਜ ਵੀ ਪਾਪੀ ਨਰਕਾਂ ਚ ਹੋਏਗਾ ਹਾਂਜੀ ਗੁਰੂ ਅਵਗਿਆ ਅਧਿਕ ਕਮਾਈ ਭਾਈ ਮਤੀ ਦਾਸ ਜੀ ਕਹਿ ਰਹੇ ਪਾਪੀਆ ਤੂੰ ਗੁਰੂ ਦੀ ਬੜੀ ਅਵਗਿਆ ਕੀਤੀ ਗੁਰੂ ਜੀ ਦੀ ਬੜੀ ਬੇਦ ਵੀ ਕੀਤੀ ਸਾਡੇ ਸੱਚੇ ਪਾਤਸ਼ਾਹ ਦੀ ਸਾਡੇ ਸ਼ਹਿਨਸ਼ਾਹ ਸਤਿਗੁਰੂ ਦੀ ਦੌੜ ਜਾ ਦਿੱਲੀ ਵਿੱਚੋਂ ਮਾਰ ਕੇ ਨਰਕਾਂ ਚ ਸੁੱਟਾਂਗੇ ਤੈਨੂੰ ਕਹਿਣ ਲੱਗੇ ਹਾਂਜੀ ਸੁਨਤ ਤਰਾਸ ਧਰ ਦਾਸ ਬੁਲਾਏ ਔਰੰਗਜ਼ੇਬ ਆਵਾਜ਼ ਸੁਣ ਕੇ ਡਰ ਗਿਆ ਜੀ ਸੰਗਤ ਜੀ ਕਿੰਨਾ ਵੀ ਵੱਡਾ ਬਲਵਾਨ ਕਿਉਂ ਨਾ ਹੋਵੇ ਇਸ ਸਥਿਤੀ ਵਿੱਚ ਉਹ ਟਿਕ ਸਕਦਾ ਜਿਹੜਾ ਨਾਮ ਜਪਣ ਵਾਲਾ ਮਹਾਂਪੁਰਸ਼ ਹੋਏਗਾ ਜੀ ਨਹੀਂ ਤੇ ਬੰਦੇ ਥਰ ਥਰ ਕੰਬਦੇ ਜੀ ਔਰੰਗਜ਼ੇਬ ਨੂੰ ਕਾਂਬਾ ਛਿੜ ਗਿਆ ਗੱਲ ਸੁਣ ਕੇ ਜੀ ਉਹਨੇ ਉਸੇ ਵੇਲੇ ਆਪਣੇ ਦਾਸ ਸੱਦੇ ਜੀ ਆਪਣੇ ਸੇਵਕ ਸੱਦੇ ਖਰੇ ਸਮੀਪ ਕਰੇ ਸਮਦਾਏ ਸਾਰੇ ਲਾਗੇ ਲਾਗੇ ਖਲਾਰ ਲਏ ਉਹਨੇ ਵੀ ਹੁਣ ਕਿਤੇ ਮੰਜਾ ਨਾ ਪਲਟਾ ਕੇ ਸੁੱਟ ਦੇਣ ਮੇਰਾ ਜੀ ਗੱਜ ਕੇ ਆਖੋ ਹੁਣ ਨਾ ਮੇਰਾ ਮੰਜਾ ਕਿਤੇ ਪਲਟਾ ਦੇਣ ਸਾਰੇ ਸੇਵਕ ਲਾਗੇ ਲਾਗੇ ਖੜੇ ਕੀਤੇ ਜੀ ਉਹਨੇ ਹਾਂਜੀ ਸੁਧਾ ਕਰਵਾਇਓ ਪਰਿਅੰਕ ਪਹਿਲਾਂ ਤੇ ਉਹਨੇ ਪਲੰਘਾ ਸਿੱਧਾ ਕਰਵਾਇਆ ਜੀ ਜਿਹੜਾ ਪੁੱਠਾ ਕਰਕੇ ਮਾਰਿਆ ਸੀਗਾ ਜੀ ਹਾਂਜੀ ਪੌੜਿਓ ਪੁੰਨ ਭੈ ਭੀਤ ਸਸ਼ੰਕ ਤੇ ਭੈ ਭੀਤ ਹੋ ਗਿਆ ਡਰ ਗਿਆ ਔਰੰਗਜ਼ੇਬ ਵੀ ਕਲਮਾ ਪੜਨ ਵਾਲਾ ਹੈਗਾ ਉਹਨੂੰ ਵੀ ਇਹਨਾਂ ਗੱਲਾਂ ਦੀਆਂ ਬਰੀਕੀਆਂ ਦਾ ਪਤਾ ਹੈਗਾ ਜੀ ਹੁਣ ਉਹਨੂੰ ਨੀ ਪਤਾ ਵੀ ਇਹ ਕਿਹੜੀ ਤਾਕਤ ਹੈ ਜਿਹਨੇ ਆ ਕੇ ਮੇਰਾ ਪਲੰਘਾ ਉਲਟਾਤਾ ਜੀ ਹਾਂਜੀ ਪਤਾ ਤੇ ਔਰੰਗਜ਼ੇਬ ਨੂੰ ਵੀ ਹੋਏਗਾ ਸਾਰੀ ਗੱਲ ਦਾ ਜੀ ਵੀ ਇਹ ਕਿਹੜੀ ਤਾਕਤ ਹੈਗੀ ਹੈ ਜੀ ਪਰ ਔਰੰਗਜ਼ੇਬ ਹੁਣ ਡਰ ਗਿਆ ਤੇ ਕਾਂਬਾ ਛਿੜਿਆ ਜੀ ਅਜੇ ਤੇ ਗੁਰੂ ਸਾਹਿਬ ਨਹੀਂ ਆਏ ਗੁਰੂ ਕਾ ਸਿੱਖ ਹੀ ਆਇਆ ਜੀ ਤੇ ਜਿੱਦਣ ਗੁਰੂ ਸਾਹਿਬ ਨੇ ਆ ਕੇ ਆਪਣਾ ਜੌਹਰ ਵਿਖਾਇਆ ਉਦਣ ਇਹ ਪਾਪੀ ਕੀ ਕਰੇਗਾ ਜੀ ਕਾਂਬਾ ਛਿੜ ਗਿਆ ਪਲੰਘਾ ਸਿੱਧਾ ਕਰਾਇਆ ਤੇ ਬੰਦਿਆਂ ਦਾ ਪਹਿਰਾ ਆਪਣੇ ਆਲੇ ਦੁਆਲੇ ਲਵਾ ਲਿਆ ਜੀ ਹਾਂਜੀ ਨੀਂਦ ਨਾ ਪਾਏ ਨਾ ਜੁਟੇ ਬਿਲੋਚਨ ਹੁਣ ਤੇ ਡਰਦਿਆਂ ਅੱਖਾਂ ਨਹੀਂ ਬੰਦ ਕਰਦਾ ਵੀ ਕਿਤੇ ਮੰਜਾ ਮੁੱਧਾ ਨਾ ਮਾਰ ਦੇਣਾ ਆ ਕੇ ਫਿਰ ਜੀ ਹੁਣ ਤੇ ਔਰੰਗਜ਼ੇਬ ਨਾ ਜੀ ਡਰਦਾ ਅੱਖਾਂ ਨਹੀਂ ਸੀ ਬੰਦ ਕਰਦਾ ਨਾਨਾ ਵਿਦ ਸੋਚਤ ਚਿੱਤ ਸੋਚਣ ਬੜੀਆਂ ਸੋਚਾਂ ਸੋਚਣ ਦਿਆ ਅੱਖਾਂ ਖੁੱਲੀਆਂ ਬੇਚੈਨੀ ਦੀ ਇਹ ਹਾਲਤ ਹੈ ਸਾਰੀ ਜੀ ਬੇਚੈਨੀ ਦੀ ਜੀ ਅੱਖਾਂ ਖੁੱਲੀਆਂ ਅੱਖਾਂ ਬੰਦ ਨਾ ਹੋਣ ਜੀ ਡਰਦਾ ਹੀ ਨਾ ਅੱਖਾਂ ਬੰਦ ਕਰੇ ਵੀ ਉਹ ਫਿਰ ਨਾ ਆ ਜਾਣ ਕਿਤੇ ਹਾਂਜੀ ਹੱਠ ਤੇ ਕਹਿਤ ਨਾ ਦੂਜੇ ਪਾਸ ਤੇ ਡਰਦਾ ਕਿਸੇ ਦੂਜੇ ਨੂੰ ਵੀ ਨਹੀਂ ਕਹਿੰਦਾ ਜੀ ਸਿਪਾਹੀ ਪੁੱਛਦੇ ਵੀ ਬਾਦਸ਼ਾਹ ਸਲਾਮਤ ਕੀ ਗੱਲ ਹੋਈ ਪਰ ਹੁਣ ਡਰਦਾ ਔਰੰਗਜ਼ੇਬ ਕਿਸੇ ਨੂੰ ਦੂਜੇ ਨੂੰ ਦੱਸਦਾ ਨਹੀਂ ਸੰਗਤ ਜੀ ਕੰਨਾਂ ਨੂੰ ਹੱਥ ਲੱਗਦੇ ਜੀ ਪਾਪ ਬੁਰਾ ਪਾਪੀ ਕਹੋ ਪਿਆਰਾ ਪਾਪ ਹੈਗਾ ਬੁਰਾ ਪਾਪੀ ਬੰਦਿਆਂ ਨੂੰ ਲੱਗਦਾ ਚੰਗਾ ਪਰ ਮਾਫ ਕਰਿਓ ਫਿਰ ਇੱਕ ਦਿਨ ਇਹੋ ਜਿਹੀ ਹਾਲਤ ਬਣ ਜਾਂਦੀ ਜੋ ਉਹਨਾਂ ਦੇ ਅੰਦਰ ਵਰਤਦਾ ਕਿਸੇ ਦੂਜੇ ਬੰਦੇ ਨੂੰ ਦੱਸਣ ਜੋਗੇ ਨਹੀਂ ਰਹਿੰਦੇ ਜੀ ਉਹ ਜੀ ਜਿਹੜੀ ਉਹਨਾਂ ਨੂੰ ਸਜ਼ਾ ਮਿਲ ਰਹੀ ਹੁੰਦੀ ਨਾ ਜੀ ਉਹ ਦੂਜੇ ਬੰਦੇ ਨੂੰ ਦੱਸਣ ਜੋਗੇ ਨਹੀਂ ਰਹਿੰਦੇ ਜੀ ਹਾਂਜੀ ਹੋਹੇ ਨਾ ਹਜੋ ਹਿਉ ਨਾ ਤਰਾਸ ਤੇ ਬਸ ਹੁਣ ਫਿਰ ਸੋਚਦਾ ਵੀ ਮੇਰੀ ਨਿੰਦਿਆ ਕਰਨਗੇ ਲੋਕ ਵੀ ਇਹਨੇ ਗੁਰੂ ਸਾਹਿਬ ਦਾ ਐਂਤਾਂ ਕੀਤਾ ਤਾਂ ਇਹਦੇ ਨਾਲ ਸਾਰੀ ਗੱਲ ਹੋ ਰਹੀ ਅੰਦਰ ਗੱਲ ਰੱਖਣ ਦਿਆ ਤੇ ਅੱਖਾਂ ਨਹੀਂ ਬੰਦ ਕੀਤੀਆਂ ਇਹਨੇ ਉਦਣ ਦੀਆਂ ਜੀ ਜਦੋਂ ਕਿਤੇ ਅੱਖਾਂ ਬੰਦ ਕਰਦਾ ਨਾ ਜੀ ਤੇ ਉਹ ਭਾਈ ਮਤੀ ਦਾਸ ਜੀ ਦੇ ਬੋਲ ਸੁਣਨ ਲੱਗ ਪੈਂਦੇ ਵੀ ਜੇ ਤੂੰ ਸੁੱਤਾ ਤੈਨੂੰ ਮਾਰ ਦਿਆਂਗੇ ਜੀ ਜੇ ਤੂੰ ਸੁੱਤਾ ਤੈਨੂੰ ਮਾਰ ਦੇਣਾ ਹੀ ਅਸੀਂ ਜੀ ਹਾਂਜੀ ਬੜਾ ਡਰਿਆ ਹੋਇਆ ਔਰੰਗਜ਼ੇਬ ਕਿਸੇ ਨਾਲ ਗੱਲ ਨਹੀਂ ਕਰ ਰਿਹਾ ਹਾਂਜੀ ਜਾਗਤ ਸਗਰੀ ਰਾਤ ਬਿਤਾਈ ਹੁਣ ਤੇ ਜਾਗਦਿਆਂ ਹੀ ਰਾਤਾਂ ਬਤੀਤ ਕਰਦਾ ਸੀਗਾ ਜੀ ਹਾਂਜੀ ਖਰੇ ਪਾਹਰੂ ਪ੍ਰਾਤ ਸੋ ਆਈ ਬਸ ਪਹਿਰੇਦਾਰ ਦਿਨੇ ਵੀ ਖਲੋਤੇ ਰਹਿੰਦੇ ਰਾਤ ਵੀ ਖਲੋਤੇ ਰਹਿੰਦੇ ਤੇ ਸਰਾਣੇ ਹਾਂਜੀ ਆਦ ਨਿਵਾਜ ਅਨੇਕ ਉਪਚਾਰ ਬੜੀਆਂ ਨਮਾਜ਼ਾਂ ਪੜੀਆਂ ਜੀ ਇਹਨੇ ਹਾਂਜੀ ਕਰਤ ਭਇਓ ਮੱਜਨ ਕੋ ਧਾਰ ਤੇ ਬੜੇ ਗੁਸਲ ਕੀਤੇ ਇਸ਼ਨਾਨ ਕੀਤੇ
ਪਰ ਔਰੰਗਜ਼ੇਬ ਕੋਲੋਂ ਪਾਪ ਇੰਨਾ ਵੱਡਾ ਹੋ ਗਿਆ ਵੀ ਨਾ ਨਮਾਜ਼ਾਂ ਹੀ ਕੰਮ ਆਉਂਦੀਆਂ ਤੇ ਨਾ ਗੁਸਲ ਹੀ ਕੀਤੇ ਕੰਮ ਆ ਰਹੇ ਜੀ। ਗੱਜ ਕੇ ਆਖੋ, ਹੁਣ ਪਾਪ ਹੀ ਉਹਦੇ ਕੋਲੋਂ ਇੰਨਾ ਵੱਡਾ ਹੋ ਚੁੱਕਾ ਸੀਗਾ ਜੀ। ਹਾਂਜੀ, ਬ੍ਰਿੰਦ ਕਲਾਮ ਪੜ੍ਹੀ ਬਹੁ ਬਾਰੀ, ਕਈ ਕਲਾਮਾਂ ਇਹਨੇ ਬਾਰ ਬਾਰ ਪੜ੍ਹੀਆਂ ਪਰ ਗੱਲ ਨਾ ਬਣੇ ਜੀ। ਅੰਦਰ ਬੇਚੈਨੀ ਜਿਹੜੀ ਬਣੀ ਉਹ ਸਿੱਧੀ ਨਾ ਹੋਵੇ ਜੀ। ਵੇਖੋ ਨਾ ਜੀ, ਖੁਦਾ ਦੀ ਤੇ ਬੇਦਬੀ ਕਰ ਬੈਠਾ ਜੀ, ਤੇ ਖੁਦਾ ਦੀਆਂ ਕਲਮਾਂ ਪੜ੍ਹ ਕੇ ਕੀ ਕਰੇਗਾ ਜੀ ਇਹ ਜੀ। ਹਾਂਜੀ, ਆਇਓ ਉੱਠ ਕਰ ਸਭਾ ਮਝਾਰੀ, ਇੱਕ ਦਿਨ ਸਭਾ ਵਿੱਚ ਆਇਆ ਜੀ ਔਰੰਗਜ਼ੇਬ, ਆਪਣੇ ਦਰਬਾਰ ਵਿੱਚ ਆਇਆ ਜੀ। ਹਾਂਜੀ, ਬੀਤਿਓ ਜਥਾ ਦੁਸ਼ਟ ਕੇ ਸੰਗ, ਕਹੋ ਬਹੁਰ ਮੈਂ ਅਖਿਲ ਪ੍ਰਸੰਗ, ਤੇ ਮਨ ਵਿੱਚ ਵਿਚਾਰ ਆਈ ਵੀ ਮੈਂ ਦੱਸਾਂ ਕਿਸੇ ਨੂੰ ਵੀ ਮੈਨੂੰ ਰਾਤ ਨੀਂਦ ਨਹੀਂ ਆਉਂਦੀ। ਗੱਜ ਕੇ ਆਖੋ, ਮੈਨੂੰ ਕੋਈ ਸੌਣ ਨਹੀਂ ਦਿੰਦਾ ਰਾਤ ਨੂੰ। ਹਾਂਜੀ, ਰਾਤ ਨੀਂਦ ਨਾ ਆਵੇ ਤੇ ਮਾਫ਼ ਕਰਿਓ, ਰਾਤ ਕੱਟਣੀ ਬੰਦੇ ਵਾਸਤੇ ਔਖੀ ਹੋ ਜਾਂਦੀ ਜੇ ਜੀ। ਬੜਾ ਔਖਾ ਕੰਮ ਹੈਗਾ, ਬੰਦਾ ਇੱਧਰ ਪਲਸੇਟਾ ਮਾਰਦਾ ਇੱਧਰ ਮਾਰਦਾ, ਗੱਲ ਤੇ ਬਣਦੀ ਨਹੀਂ ਜੀ। ਇੱਕ ਦਿਨ ਸੋਚਣ ਦਿਆ ਵੀ ਮੈਂ ਦੱਸ ਦਿਆਂ ਤੇ ਡਰਦਿਆਂ ਇਹਨੇ ਫਿਰ ਨਾ ਕਿਸੇ ਨੂੰ ਦੱਸਿਆ ਜੀ। ਗੱਲ ਫਿਰ ਅੰਦਰ ਹੀ ਗੁਪਤ ਕਰ ਗਿਆ ਤੇ ਸੰਗਤ ਜੀ, ਔਰੰਗਜ਼ੇਬ ਨੇ ਮਨ ਹੀ ਮਨ ਵਿੱਚ ਦਿੱਲੀ ਛੱਡਣ ਦਾ ਫੈਸਲਾ ਹੀ ਲੈ ਲਿਆ ਜੀ। ਗੱਜ ਕੇ ਆਖੋ, ਬਸ ਆਪਣਾ ਘਰ ਉੱਜੜ ਗਿਆ ਜੀ, ਉਹਦਾ ਘਰ ਉੱਜੜ ਗਿਆ ਜੀ ਔਰੰਗਜ਼ੇਬ ਦਾ। ਔਰੰਗਜ਼ੇਬ ਦਿੱਲੀ ਛੱਡਣ ਦਾ ਫੈਸਲਾ ਆਪਣੇ ਮਨ ਵਿੱਚ ਕਰ ਬੈਠਾ, ਔਰੰਗਾਬਾਦ ਰਿਹਾ ਜੀ ਬਾਅਦ ਚੋਂ ਜਾ ਕੇ ਜੀਏ ਜੀ। ਹਾਂਜੀ, ਦਿੱਲੀ ਮਹਿ ਨਹਿ ਸੁਪਤਨ ਪਾਇਓ, ਉਹਨੇ ਪੱਕਾ ਵਿਚਾਰ ਬਣਿਆ ਵੀ ਦਿੱਲੀ ਵਿੱਚ ਨੀ ਇਹਨਾਂ ਨੇ ਮੈਨੂੰ ਸੌਣ ਦੇਣਾ, ਤੇ ਸੌਣਾ ਬੜਾ ਜ਼ਰੂਰੀ ਹੁੰਦਾ ਬੰਦੇ ਵਾਸਤੇ ਜੀ। ਦਿੱਲੀ ਵਿੱਚ ਮੈਨੂੰ ਸੌਣ ਨਹੀਂ ਦੇਣਾ ਇਹਨਾਂ ਨੇ, ਦਿੱਲੀ ਛੱਡਣੀ ਪਈ ਜੀ ਉਹਨੂੰ ਜੀ। ਪਰ ਗੁਰਮੁਖੋ, ਕਿਤੇ ਵੇਖੋ ਬਾਲਾ ਪ੍ਰੀਤਮ ਦਾ ਦਰ, ਵੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦਰ, ਪਤਾ ਲੱਗਦਾ ਦਿੱਲੀ ਅੱਜ ਵੀ ਗੁਰਾਂ ਦੇ ਨਾਮ ਤੇ ਵਸ ਰਹੀ ਹੈ ਜੀ। ਅੱਜ ਵੀ ਵਸ ਰਹੀ ਜੀ ਦਿੱਲੀ, ਗੁਰਾਂ ਦੇ ਨਾਮ ਤੇ ਵਸ ਰਹੀ ਹੈ ਜੀ। ਉਹਨੂੰ ਤੇ ਪਾਪੀ ਨੂੰ ਛੱਡਣੀ ਪਈ ਜੀ ਦਿੱਲੀ। ਹਾਂਜੀ, ਰਹਿਓ ਵਹਿਰੀ ਹੀ ਉਰ ਡਰ ਪਾਇਓ, ਗੁਰਮੁਖੋ ਡਰਦਾ ਡਰਦਾ ਬਾਹਰ ਹੀ ਰਹਿੰਦਾ ਹੁੰਦਾ ਸੀ ਸਾਰੀ ਸਾਰੀ ਦਿਹਾੜੀ ਨਾ ਜੀ। ਬਾਹਰ ਰਹਿਣਾ ਜੀ ਕਰਨਾ ਤੇ ਰਾਤ ਵੀ ਬਾਹਰ ਹੀ ਇੱਕ ਪਾਸੇ ਰਹਿ ਲੈਣਾ ਜੀ, ਤੇ ਆਪਣੇ ਡਰ ਦਾ ਮਹਿਲ ਵਿੱਚ ਨਹੀਂ ਜਾਂਦਾ ਹੁੰਦਾ ਜੀ। ਸੰਗਤ ਜੀ, ਪਾਪੀ ਬੰਦਾ ਇੱਕ ਦਿਨ ਆਪਣੇ ਘਰ ਵਿੱਚ ਵੜਨ ਜੋਗਾ ਨਹੀਂ ਰਹਿੰਦਾ ਜੀ। ਕੀ ਕਹਿੰਦੇ, ਨਾ ਘਰ ਦਾ ਨਾ ਘਾਟ ਦਾ। ਅੱਜ ਕੇ ਆਖੋ, ਨਾ ਘਰ ਜੋਗਾ ਰਿਹਾ ਨਾ ਬਾਹਰ ਜੋਗਾ ਰਿਹਾ ਜੀ ਪਾਪੀ, ਆਪਣੇ ਮਹਿਲ ਵਿੱਚ ਡਰਨ ਤੋਂ ਵੜਨ ਤੋਂ ਡਰਨ ਲੱਗ ਪਿਆ ਜੀ ਗੇ। ਹਾਂਜੀ, ਗਨ ਕੋ ਚਮਤਕਾਰ ਛਪ ਗਯੋ, ਹਾਂਜੀ ਗੁਰ ਪ੍ਰਤਾਪ ਸਭ ਉੱਪਰ ਭਇਓ। ਤੇ ਸਾਧ ਸੰਗਤ ਜੀ, ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਦਿੱਲੀ ਵਿੱਚ ਸੌਂ ਨਾ ਸਕਿਆ ਜੀ ਉਹ। ਹਾਂਜੀ, ਇਹਠਾਂ ਦਵਾਦਸ਼ ਪੂਰਨ ਰਾਸ਼, ਹੁਣ ਨਾ 15 ਮਿੰਟ ਰਹਿ ਗਏ ਕਥਾ ਦੇ, ਤੇ ਬੜੀ ਸਾਵਧਾਨੀ ਦੇ ਨਾਲ ਇਹ ਗੱਲਾਂ ਆਪਾਂ ਸੁਣਨੀਆਂ। ਸਾਵਧਾਨ ਹੋਵੋ ਸਾਰੇ, ਲੱਕ ਸਿੱਧੇ ਕਰੋ ਬਾਬਾ ਜੀ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ, ਬੜੇ ਧਿਆਨ ਨਾਲ ਗੱਲ ਸੁਣਨੀ ਜੀ। ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਇਸ ਗ੍ਰੰਥ ਦਾ ਨਾਮ ਹੈਗਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ। ਗੁਰੂ ਸਾਹਿਬ ਦਾ ਪ੍ਰਤਾਪ ਸਾਧ ਸੰਗਤ ਜੀ, ਸੂਰਜ ਵਰਗਾ, ਸੂਰਜ ਵਰਗਾ। ਸੂਰਜ ਇਕੱਲੇ ਇੱਕ ਅੱਧੇ ਦੇਸ਼ ਵਾਸਤੇ ਨਹੀਂ ਹੈਗਾ, ਸੂਰਜ ਸਾਰਿਆਂ ਵਾਸਤੇ ਸਾਂਝਾ ਹੈਗਾ ਜੀ। ਸੂਰਜ ਇਹ ਨਹੀਂ ਕਹਿੰਦਾ ਵੀ ਮੈਂ ਹਿੰਦੂ ਨੂੰ ਨਹੀਂ ਚਾਨਣ ਦੇਣਾ ਤੇ ਮੈਂ ਮੁਸਲਮਾਨ ਨੂੰ ਦੇਣਾ, ਤੇ ਮਾਫ ਕਰਿਓ ਮੁਸਲਮਾਨ ਇਹ ਨਹੀਂ ਕਹਿੰਦਾ ਵੀ ਮੈਂ ਵਾਹਿਗੁਰੂ। ਸੂਰਜ ਨਹੀਂ ਇਹ ਕਹਿੰਦਾ ਵੀ ਮੈਂ ਕਿਸੇ ਨੂੰ ਵੱਖਰਾ ਪ੍ਰਕਾਸ਼ ਦੇਣਾ ਤੇ ਇਹਨੂੰ ਨਹੀਂ ਦੇਣਾ ਜੀ। ਬ੍ਰਹਮ ਗਿਆਨੀਆਂ ਦੇ ਬਾਰੇ ਵੀ ਮਹਾਰਾਜ ਨੇ ਐਸੇ ਆਖਿਆ ਜੀ, ਹਾਂਜੀ, ਜੈਸੇ ਸੂਰ ਸਰਬ ਕੋ ਸੋਖ, ਇਸੇ ਤਰ੍ਹਾਂ ਬ੍ਰਹਮ ਗਿਆਨੀਆਂ ਦੀ ਦ੍ਰਿਸ਼ਟੀ ਹੁੰਦੀ ਜੀ। ਭਾਈ ਸੰਤੋਖ ਸਿੰਘ ਜੀ ਨੇ ਇਸ ਗ੍ਰੰਥ ਦਾ ਜਿਹੜਾ ਨਾਮ ਨਾ ਜੀ, ਉਹ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਿਆ ਵੀ ਸਾਧ ਸੰਗਤ, ਗੁਰੂ ਸਾਹਿਬ ਦਾ ਪ੍ਰਤਾਪ ਸੂਰਜ ਵਰਗਾ ਹੈ। ਫਿਰ ਉਹਨਾਂ ਇਕੱਲਾ ਨਾਮ ਹੀ ਨਹੀਂ ਲਿਖਿਆ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਇਸ ਗ੍ਰੰਥ ਦੀ ਰਚਨਾ ਵੀ ਸੂਰਜ ਦੇ ਆਧਾਰ ਤੇ ਕੀਤੀ ਜੀ।
ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ। ਸਿਆਣੇ ਬੈਠੇ ਤੁਹਾਨੂੰ ਪਤਾ ਰਾਸ ਕੀ ਹੁੰਦੀ, ਟਾਈਮ ਪੀਰੀਅਡ ਸਮਾਂ ਜੀ। 12 ਰਾਸਾਂ ਹੁੰਦੀਆਂ ਜੀ ਸੂਰਜ ਦੀਆਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਥਾ ਦੀ ਸੰਪੂਰਨਤਾ ਦੇ ਨਾਲ ਇਸ ਗ੍ਰੰਥ ਦੀਆਂ 12 ਰਾਸਾਂ ਸੰਪੂਰਨ ਹੁੰਦੀਆਂ ਕਹਿਣ ਲੱਗੇ। ਅੱਗੋਂ ਰੁੱਤਾਂ ਚੱਲ ਪੈਣੀਆਂ ਜੀ, ਰੁੱਤਾਂ ਦੇ ਆਧਾਰ 'ਤੇ ਇਸ ਗ੍ਰੰਥ ਨੂੰ ਲਿਖਣਾ ਭਾਈ ਸਾਹਿਬ ਨੇ ਜੀ। ਇਹ ਬੜੀ ਵਿਦਵਤਾ ਦੀ ਖੇਡ ਹੈਗੀ ਹੈ ਜੀ। ਹਾਂਜੀ, ਤਿਮ ਸਤਿਗੁਰ ਕੋ ਮਹਿਦ ਪ੍ਰਕਾਸ਼, ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਕਹਿਣ ਲੱਗੇ ਉਵੇਂ ਸਤਿਗੁਰਾਂ ਦਾ ਪ੍ਰਕਾਸ਼ ਹੈ ਸਤਿਗੁਰਾਂ ਦਾ। ਹਾਂਜੀ, ਵਰਨੋ ਬਾਰ ਵਿੱਚ ਦ੍ਵੈਦਸ਼ ਰਾਸ, ਹੁਣ ਤੱਕ 12 ਰਾਸਾਂ ਦੇ ਵਿੱਚ ਮੈਂ ਇਸ ਪ੍ਰਕਾਸ਼ ਨੂੰ ਵਰਣਨ ਕੀਤਾ ਕਹਿਣ ਲੱਗੇ। ਹਾਂਜੀ, ਏਕ ਰਾਸ ਜਿਵ ਸੂਰਜ ਚੱਲੇ, ਜਿਵੇਂ ਸੂਰਜ ਇੱਕ ਰਾਸ ਛੱਡ ਕੇ ਦੂਜੀ ਰਾਸ ਵਿੱਚ ਜਾਂਦਾ। ਹਾਂਜੀ, ਬਾਹਰ ਦੂਸਰੀ ਗਮਨਤ ਮਿਲੇ, ਹਾਂਜੀ, ਤਿਮ ਗੁਰੂਤਾ ਰਥ ਪਰ ਅਸਵਾਰ, ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਇਸੇ ਤਰ੍ਹਾਂ ਗੁਰਤਾ ਗੱਦੀ ਵੀ ਨਾ ਜੀ ਸਮੇਂ ਦੇ ਨਾਲ ਹੌਲੀ ਹੌਲੀ ਅੱਗੇ ਚੱਲ ਰਹੀ, ਜਿਵੇਂ ਰਾਸਾਂ ਬਦਲਦੀਆਂ ਜੀ। ਉਵੇਂ ਹੀ ਕਹਿਣ ਲੱਗੇ ਸਾਡਾ ਇਹ ਗ੍ਰੰਥ ਹੈ, ਕਹਿਣ ਲੱਗੇ ਉਹ ਵੀ ਆਪਣੀਆਂ ਰਾਸਾਂ ਜਿਹੜੀਆਂ ਉਹ ਬਦਲਦਾ ਬਦਲਦਾ ਅੱਗੇ ਪਹੁੰਚ ਗਿਆ ਜੀ। ਗੁਰੂ ਸਾਹਿਬ ਸੂਰਜ ਨੇ ਸੂਰਜ ਸਾਰਿਆਂ ਦੇ ਸਾਂਝੇ, ਕਹਿਣ ਲੱਗੇ ਮਾਨੋ ਔਰੰਗਜ਼ੇਬ ਚੰਦ ਸੀਗਾ ਅਤੇ ਉਹਨੂੰ ਵੀ ਗ੍ਰਹਿਣ ਲੱਗ ਚੁੱਕਾ ਜੀ, ਉਹਦਾ ਵੀ ਪ੍ਰਤਾਪ ਨਾ ਸੁਣ ਲੱਗ ਪਿਆ। ਚੰਦ ਘਟਦਾ ਜੀ, ਕਦੀ ਵਧਣ ਲੱਗ ਪੈਂਦਾ ਕਦੀ ਘਟਣ ਲੱਗ ਪੈਂਦਾ, ਸਥਿਰ ਨਹੀਂ ਹੈਗਾ ਜੀ। ਸੂਰਜ ਸਥਿਰ ਹੈ, ਉਹਦਾ ਪ੍ਰਕਾਸ਼ ਉਸੇ ਤਰ੍ਹਾਂ ਹੀ ਹੈ ਜੀ। ਹਾਂਜੀ, ਭਾਈ ਸਾਹਿਬ ਲਿਖਦੇ ਕਹਿਣ ਲੱਗੇ ਗੁਰੂ ਸਾਹਿਬ ਸੂਰਜ ਵਰਗੇ ਹੈਗੇ ਅਤੇ ਔਰੰਗਜ਼ੇਬ ਮੁਲਾਣੇ ਇਹ ਸਾਰੇ ਉਹ ਨੇ, ਗ੍ਰਹਿਣ ਲੱਗੇ ਹੋਏ ਚੰਦ ਨੇ ਕਹਿਣ ਲੱਗੇ, ਗ੍ਰਹਿਣ ਲੱਗੇ ਹੋਏ ਕਿਸੇ ਨੂੰ ਚੰਗੇ ਨਹੀਂ ਲੱਗਦੇ ਕਹਿਣ ਲੱਗੇ। ਸਤਿਗੁਰਾਂ ਦਾ ਪ੍ਰਕਾਸ਼ ਸੂਰਜ ਵਰਗਾ ਸਾਰਿਆਂ ਵਾਸਤੇ ਸਾਂਝਾ ਹੈ। ਇਮ ਸੂਰਜ ਸ਼੍ਰੀ ਸਤਿਗੁਰ ਉਦੇ, ਹਾਂਜੀ, ਤਮ ਅਗਿਆਨ ਸਮੀਪ ਨਾ ਕਦੇ, ਕਹਿਣ ਲੱਗੇ ਜਿਵੇਂ ਸੂਰਜ ਦੇ ਲਾਗੇ ਹਨੇਰਾ ਨਹੀਂ ਆਉਂਦਾ, ਉਵੇਂ ਗੁਰੂ ਸਾਹਿਬਾਂ ਦੇ ਸਾਹਮਣੇ ਅਗਿਆਨਤਾ ਨਹੀਂ ਆਉਂਦੀ ਕਹਿਣ ਲੱਗੇ। ਜਿਵੇਂ ਸੂਰਜ ਦੇ ਸਾਹਮਣੇ ਹਨੇਰਾ ਨਹੀਂ ਨਾ ਜੀ ਆਉਂਦਾ, ਜਿੱਥੇ ਸੂਰਜ ਹੋਏਗਾ ਉੱਥੇ ਚਾਨਣ ਆਪੇ ਹੀ ਹੋ ਜਾਏਗਾ, ਜਿੱਥੇ ਸਤਿਗੁਰੂ ਦੇ ਚਰਨ ਪੈ ਗਏ ਉੱਥੇ ਸੁੱਖ ਆਪੇ ਹੀ ਵਰਤਣ ਲੱਗ ਪੈਣਾ ਜੀ, ਉੱਥੇ ਸੁੱਖ ਆਪੇ। ਜਿੱਥੇ ਗੁਰੂ ਸਾਹਿਬ ਆ ਗਏ ਉੱਥੇ ਦੁੱਖ ਸਾਰੇ ਆਪੇ ਭੱਜ ਜਾਣਗੇ। ਇੱਥੇ ਤੇ ਦਰਸ਼ਨ ਪਰਸੇ ਹੈ ਗੁਰੂ ਕਾ, ਜਨਮ ਮਰਨ ਦੁੱਖ ਜਾਏ। ਹਾਂਜੀ, ਕਰਾਮਾਤ ਜੁਤ ਅਨਿਕ ਆਨੰਦੇ, ਨਾਨਾ ਬਰਨ ਖਿਰੇ ਅਰਬੰਦੇ, ਹਜ਼ਾਰਾਂ ਕਰਾਮਾਤਾਂ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਹੈਗੀਆਂ। ਭਾਈ ਸੰਤੋਖ ਸਿੰਘ ਜੀ ਦੱਸਦੇ ਹਜ਼ਾਰਾਂ ਕਰਾਮਾਤਾਂ ਜੀ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਹੈਗੀਆਂ। ਭਾਈ ਸੰਤੋਖ ਸਿੰਘ ਲਿਖਦੇ ਸਾਧ ਸੰਗਤ ਗੁਰੂ ਸਾਹਿਬ ਦੀ ਤੇ ਬੜੀ ਵੱਡੀ ਗੱਲ ਹੈ, ਮੇਰੇ ਗੁਰੂ ਦੇ ਸਿੱਖ ਹੀ ਨਹੀਂ ਮਾਣ ਹੈਗੇ ਕਹਿਣ ਲੱਗੇ। ਹਾਂਜੀ, ਗਨ ਜਗਿਆਸੀ ਭੌਰ ਲੁਭਾਏ, ਮਹਿਦ ਪ੍ਰੇਮ ਮਕਰੰਦ ਪਾਏ, ਕਹਿਣ ਲੱਗੇ ਜਿਹੜੇ ਜਗਿਆਸੂ ਆਉਂਦੇ ਨੇ ਨਾ ਉਹ ਇਸੇ ਤਰ੍ਹਾਂ ਆਉਂਦੇ ਜਿਵੇਂ ਭੌਰੇ ਆਏ ਹੋਣ ਜੀ। ਜਦੋਂ ਸੂਰਜ ਦੀ ਲੋ ਪੈਂਦੀ ਹੈ ਨਾ ਤੇ ਫੁੱਲ ਖਿੜਦਾ, ਐਵੇਂ ਸਿੱਖ ਦਾ ਜੀਵਨ ਖਿੜਦਾ ਜੀ, ਤੇ ਸਿੱਖ ਦੇ ਜੀਵਨ ਤੋਂ ਆਨੰਦ ਲੈਣ ਵਾਸਤੇ ਜਗਿਆਸੂ ਰੂਪੀ ਭੌਰੇ ਆਉਂਦੇ ਕਹਿਣ ਲੱਗੇ। ਤੇ ਫੁੱਲ ਚੋਂ ਆ ਕੇ ਭੌਰਾ ਕੀ ਕਰਦਾ ਜੀ, ਉਹ ਰਸ ਲੈਂਦਾ ਜੀ। ਇਸੇ ਤਰ੍ਹਾਂ ਕਹਿਣ ਲੱਗੇ ਗੁਰੂ ਦੇ ਸਿੱਖਾਂ ਕੋਲ ਆ ਕੇ, ਸਿੱਖਾਂ ਰੂਪੀ ਫੁੱਲਾਂ ਕੋਲ ਆ ਕੇ ਸੁਗੰਧੀ ਆਉਂਦੀ ਹੈ ਸ਼ੁਭ ਗੁਣਾਂ ਦੀ। ਗੁਰੂ ਕੇ ਸਿੱਖ ਕੋਲ ਆ ਕੇ ਜਗਿਆਸੂ ਨੂੰ ਸੁੱਖ ਮਿਲਦਾ ਕਹਿਣ ਲੱਗੇ। ਹਾਂਜੀ, ਸਤਨਾਮ ਸਿਮਰਨ ਸ਼ੁਭ ਰਾਸ, ਜਿਹੜਾ ਇਹ ਕਥਾ ਸੁਣੇਗਾ, ਹੁਣ ਥੋੜੇ ਜਿਹੇ ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ। ਇਹ ਦਮਾਲਿਆਂ ਵਾਲੇ ਬਾਬੇ ਮਿੰਟ ਬਾਅਦ ਦਮਾਲਾ ਥੱਲੇ ਛੱਕ ਕੇ ਬਹਿ ਜਾਂਦੇ, ਚੜ੍ਹਦੀ ਕਲਾ 'ਚ ਬੈਠਿਆ ਕਰੋ ਹੈਂ, ਇੰਨੇ ਵੱਡੇ ਦਮਾਲੇ ਸਜਾਏ ਤਾਂ ਕਿੱਡਾ ਢਿੱਲਾ ਪੈਰਾ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਇਹ ਕਥਾ ਸੁਣੇਗਾ ਕਹਿਣ ਲੱਗੇ ਗੁਰੂ ਸਾਹਿਬ ਕਿਰਪਾ ਕਰਨਗੇ, ਉਹਦਾ ਨਾਮ ਜਪਣ ਨੂੰ ਜੀ ਕਰੇਗਾ ਕਹਿਣ ਲੱਗੇ, ਉਹਦਾ ਨਾਮ ਜਪਣ ਨੂੰ ਜੀ ਕਰਿਆ ਕਰੇਗਾ। ਹਾਂਜੀ, ਜਹ ਕਹਿ ਭਇਓ ਪ੍ਰਕਾਸ਼ ਉਦਾਰ, ਕਹਿਣ ਲੱਗੇ ਇਸ ਗੁਰੂ ਸਾਹਿਬ ਰੂਪੀ ਸੂਰਜ ਨੇ ਜਿੱਥੇ ਕਿੱਥੇ ਆ ਨਾਮ ਦਾ ਹੀ ਪ੍ਰਕਾਸ਼ ਕੀਤਾ ਜੀ।
ਪਿੱਛੇ ਜੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਕਥਾ ਹੋਈ ਸੀਗੀ ਤੇ ਬਚਨ ਆਇਆ ਸੀਗਾ ਸਾਧ ਸੰਗਤ ਜੀ ਵੀ ਗੁਰੂ ਨਾਨਕ ਸਾਹਿਬ ਨੇ ਦੁਨੀਆ ਤਾਰੀ ਪਰ ਕਿਵੇਂ ਤਾਰੀ ਗੁਰੂ ਨਾਨਕ ਸਾਹਿਬ ਨੇ ਦੁਨੀਆ ਨਾਮ ਦੇ ਆਸਰੇ ਤਾਰੀ ਜੀ ਵਾਹਿਗੁਰੂ ਜੀ ਦੇ ਨਾਮ ਕਰਕੇ ਤਾਰੀ ਜੀ ਜਿੱਥੇ ਜਿੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਚਰਨ ਪਾਏ ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ ਅੱਜ ਤੱਕ ਉੱਥੇ ਉੱਥੇ ਨਾਮ ਦੀਆਂ ਕਿਰਨਾਂ ਗੁਰੂ ਜੀ ਛੱਡ ਆਏ ਕਹਿਣ ਲੱਗੇ ਹਾਂਜੀ ਜਿਸ ਕੋ ਪਾਏ ਸੁਖੀ ਜਗ ਭਇਓ ਉਸ ਨਾਮ ਦੀਆਂ ਕਿਰਨਾਂ ਜਗਤ ਵਿੱਚ ਅੱਜ ਵੀ ਸੁੱਖ ਵਰਤਾ ਰਹੀਆਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਵੀ ਸੁੱਖ ਵਰਤਾ ਰਹੀਆਂ ਨਹੀਂ ਤੇ ਸਾਧ ਸੰਗਤ ਜੀ ਜਿੰਨੇ ਪਾਪ ਹੋ ਰਹੇ ਬੰਦਿਆਂ ਦੀ ਕਮਾਈ ਦੇ ਨਾਲ ਇਹ ਜਗਤ ਨਹੀਂ ਥੰਮਣਾ ਜੀ ਹਿੱਤੇ ਗੁਰੂ ਸਾਹਿਬ ਕਿਰਪਾ ਕਰਕੇ ਨੇ ਜੀ ਹਾਂਜੀ ਸਭ ਮੈਂ ਸੁਜਸ ਗੁਰਨ ਕੋ ਥਿਓ ਕੀ ਆਸੇ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਈ ਸੰਤੋਖ ਸਿੰਘ ਜੀ ਕਹਿੰਦੇ ਦੇਸ਼ ਵਿਦੇਸ਼ਾਂ ਵਿੱਚ ਨਹੀਂ ਚਾਰੇ ਚੱਕਾਂ ਵਿੱਚ ਖੰਡਾਂ ਵਰ ਭੰਡਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਸ ਹੈ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਵਡਿਆਈ ਹੈ ਹਾਂਜੀ ਕਰਿਓ ਗ੍ਰੰਥ ਗੁਰ ਕੀਰਤ ਕੇਰੋ ਹੁਣ ਇਸ ਗ੍ਰੰਥ ਵਾਲੇ ਪਾਸੇ ਆਈਏ ਗੱਜ ਕੇ ਆਖੋ ਭਾਈ ਸੰਤੋਖ ਸਿੰਘ ਜੀ ਲਿਖਦੇ ਸਾਧ ਸੰਗਤ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਹ ਗ੍ਰੰਥ ਮੈਂ ਗੁਰਾਂ ਦੀ ਕੀਰਤੀ ਵਾਸਤੇ ਲਿਖਿਆ ਕਹਿਣ ਲੱਗੇ ਸਤਿਗੁਰੂ ਦੀ ਪ੍ਰਸ਼ੰਸਾ ਵਾਸਤੇ ਲਿਖਿਆ ਸੱਚੀ ਗੱਲ 'ਚ ਸਿੱਖ ਕੌਮ ਸਾਰੀ ਰਲ ਕੇ ਇਕੱਠੀ ਹੋ ਜੇ ਭਾਈ ਸੰਤੋਖ ਸਿੰਘ ਜੀ ਦੀ ਦੇਣ ਨਹੀਂ ਦੇ ਸਕਦੀ ਜੀ ਇੰਨੀ ਮਹਾਨ ਕਥਾ ਲਿਖ ਛੱਡੀ ਜੀ ਉਹਨਾਂ ਅਸੀਂ ਕਈ ਵਾਰੀ ਬੈਠੇ ਇੱਥੇ ਸੋਚਦੇ ਹੁੰਦੇ ਹਾਂ ਆਪਸ ਵਿੱਚ ਸਿੰਘ ਗੱਲ ਵੀ ਕਰਦੇ ਜੋ ਗੁਰੂ ਸਾਹਿਬ ਜੀ ਦੇ ਮਨ ਅੰਦਰ ਚੱਲ ਰਿਹਾ ਭਾਈ ਸਾਹਿਬ ਨੇ ਉਹ ਵੀ ਲਿਖਿਆ ਜੀ ਤੁਹਾਡੇ ਮਨ 'ਚ ਕੀ ਚੱਲ ਰਿਹਾ ਸਾਨੂੰ ਕੀ ਪਤਾ ਜੀ ਪਰ ਜੋ ਮਹਾਰਾਜ ਮਨ 'ਚ ਚੱਲ ਰਿਹਾ ਨਾ ਗੁਰੂ ਸਾਹਿਬ ਦੇ ਉਹ ਵੀ ਭਾਈ ਸਾਹਿਬ ਨੇ ਲਿਖਿਆ ਇਹਦਾ ਮਤਲਬ ਗੁਰੂ ਸਾਹਿਬ ਨੇ ਆਪ ਕਥਾ ਲਿਖਾਈ ਹੈ ਭਾਈ ਸਾਹਿਬ ਕਹਿੰਦੇ ਇਹ ਕਥਾ ਕਹਿਣ ਲੱਗੇ ਗੁਰੂ ਸਾਹਿਬ ਦੀ ਕੀਰਤੀ ਵਾਸਤੇ ਲਿਖੀ ਹੈ ਹਾਂਜੀ ਪਠਨ ਸ਼੍ਰਵਨ ਫਲ ਪਾਏ ਬਡੇਰੋ ਤੇ ਪੜ੍ਹਨ ਸੁਣਨ ਦਾ ਬੜਾ ਵੱਡਾ ਫਲ ਹੋਏਗਾ ਤੁਸੀਂ ਇਹ ਕਥਾ ਸੁਣਦੇ ਹੋ ਸਾਰੇ ਤੇ ਸੱਚੀ ਗੱਲ ਇਹ ਵੀ ਜਦੋਂ ਅਸੀਂ ਇਹ ਕਥਾ ਆਰੰਭ ਕੀਤੀ ਸੀ ਨਾ ਜੀ ਉਰੋਂ ਆਹ ਸੰਗਤ ਬੈਠੇ ਇੱਧਰ ਦੋ ਸਰੀਰ ਜੀ ਇਹ ਬੜੀ ਦੂਰੋਂ ਚੱਲ ਕੇ ਆਉਂਦੇ ਹੁਣ ਵੀ ਅੱਜ ਤੋਂ 7 ਸਾਲ ਪਹਿਲਾਂ ਦੀ ਇਹ ਗੱਲ ਹੈਗੀ ਜੀ ਸਾਨੂੰ ਨਹੀਂ ਸੀ ਪਤਾ ਵੀ ਗੁਰੂ ਸਾਹਿਬ ਦੀ ਇਹ ਕਥਾ ਇੰਨੀ ਦੂਰ ਦੂਰ ਤੱਕ ਜਾਏਗੀ ਜੀ ਇਹ ਗੱਲ ਤਾਂ ਸੁਪਨੇ 'ਚ ਨਹੀਂ ਸੀ ਸੋਚੀ ਸੰਗਤ ਦੀ ਸੁਪਨੇ 'ਚ ਨਹੀਂ ਸੀ ਸੋਚੀ ਦੀ ਮੈਂ ਖੁਦ ਆਪਣੇ ਮਨ ਵਿੱਚ ਕਈ ਵਾਰੀ ਸੋਚਦਾ ਹੁੰਦਾ ਸਾਂ ਵੀ ਜਦੋਂ ਕਥਾ ਕਰਿਆ ਕਰਨੀ ਉਦੋਂ ਮੇਰੀ ਦਾੜੀ ਚਿੱਟੀ ਹੋਇਆ ਕਰੇਗੀ ਜੀ ਬਜ਼ੁਰਗ ਹੋ ਕੇ ਇਹ ਕੰਮ ਆਪਾਂ ਕਰਨਾ ਜੀ ਹਾਂਜੀ ਪਰ ਇੰਨੀ ਛੇਤੀ ਇਹ ਕਾਰਜ ਆਰੰਭ ਹੋਏਗਾ ਇੰਨੀ ਦੂਰ ਦੂਰ ਤੱਕ ਜਾਏਗਾ ਇਹ ਤਾਂ ਸੁਪਨੇ 'ਚ ਨਹੀਂ ਸੋਚਿਆ ਸੰਗਤ ਜੀ ਕਦੀ ਸੁਪਨੇ 'ਚ ਵੀ ਜੀ ਤੁਰਦਿਆਂ ਫਿਰਦਿਆਂ ਸੋਚਣ ਦੀ ਗੱਲ ਤਾਂ ਛੱਡ ਹੀ ਦਿਓ ਨਾ ਜੀ ਸੁਪਨੇ 'ਚ ਨਹੀਂ ਸੋਚਿਆ ਕਦੀ ਜੀ ਹੁਣ ਸੁਣੋ ਭਾਈ ਸਾਹਿਬ ਕੀ ਲਿਖਦੇ ਤੁਸੀਂ ਤਾਂ 9 ਪਾਤਸ਼ਾਹੀਆਂ ਦੀ ਕਥਾ ਸੁਣੀ ਚਲੋ ਬਾਹਰ ਦੀਆਂ ਸੰਗਤਾਂ ਨੇ 6ਵੇਂ ਪਾਤਸ਼ਾਹ ਤੋਂ ਕਥਾ ਸੁਣੀ ਹੈ ਇਹ ਜੀ ਕਹਿੰਦੇ ਨੇ ਕਿ ਪਠਨ ਸ਼੍ਰਵਨ ਫਲ ਹੋਏ ਵਡੇਰੋ ਇਸ ਕਥਾ ਨੂੰ ਸੁਣਨ ਦਾ ਬੜਾ ਵੱਡਾ ਫਲ ਪ੍ਰਾਪਤ ਹੋਏਗਾ ਕਹਿਣ ਲੱਗੇ ਪੜ੍ਹਨ ਦਾ ਭਾਵ ਕਰਨ ਦਾ ਵੀ ਬੜਾ ਵੱਡਾ ਫਲ ਪ੍ਰਾਪਤ ਹੋਏਗਾ ਹਾਂਜੀ ਸ਼੍ਰੀ ਸਤਿਗੁਰ ਕੇ ਅਨੇਕ ਬਿਲਾਸਾ ਗੁਰੂ ਸਾਹਿਬ ਦੇ ਅਨੇਕ ਕੌਤਕ ਨੇ ਭਾਈ ਸਾਹਿਬ ਕਹਿੰਦੇ ਅਨੇਕ ਹਾਂਜੀ ਗੋਪਤ ਬਿਪਦਤ ਸਭ ਹੋਏ ਪ੍ਰਕਾਸ਼ਾ ਜਿੰਨੇ ਕੁ ਮੇਰੇ ਕੋ ਗੁਰੂ ਸਾਹਿਬ ਨੇ ਸੇਵਾ ਲਈ ਓਨੇ ਕੁ ਪ੍ਰਗਟ ਹੋ ਗਏ ਨੇ ਪਰ ਬਹੁਤ ਸਾਰੇ ਗੁਪਤ ਕੌਤਕ ਵੀ ਹੈਗੇ ਨੇ ਜੀ ਗੁਪਤ ਕੌਤਕ ਵੀ ਹੈਗੇ ਨੇ ਜਿਹੜੇ ਸਮੇਂ ਨਾਲ ਪ੍ਰਗਟ ਹੋਣਗੇ ਕਹਿਣ ਲੱਗੇ ਹਾਂਜੀ ਅਜਰ ਜਰਨ ਆਦਿਕ ਗੁਣ ਘਨੇ ਹਾਂਜੀ ਸਭ ਕੋ ਜਾਣੈ ਬਹੁ ਬਿਦ ਭਨੇ ਕਿਉਂ ਇਸ ਕਥਾ ਵਿੱਚ ਸਤਿਗੁਰਾਂ ਦੇ ਅਜਰ ਨੂੰ ਜਰਨ ਬਾਰੇ ਦੱਸਿਆ ਕਹਿਣ ਲੱਗੇ ਇਹੋ ਜੇ ਪਤਾ ਨਹੀਂ ਗੁਰੂ ਸਾਹਿਬ ਵਿੱਚ ਕਿੰਨੇ ਕੁ ਗੁਣ ਨੇ ਸਭ ਤੋਂ ਜਿਹੜਾ ਮੁੱਖ ਗੁਣ ਭਾਈ ਸਾਹਿਬ ਨੇ ਲਿਆ ਉਹ ਅਜਰ ਨੂੰ ਜਰਨਾ ਦੀ ਤੇ ਸਭ ਤੋਂ ਵੱਡੀ ਗੱਲ ਹੀ ਇਹ ਹੈਗੀ ਜੀ ਥੋੜ੍ਹੀ ਜਿਹੀ ਤਾਕਤ ਆ ਜੇ ਬੰਦੇ ਕੋਲੋਂ ਜਰੀ ਨਹੀਂ ਜਾਂਦੀ ਤੇ ਸਾਰੀ ਸ੍ਰਿਸ਼ਟੀ ਦੇ ਮਾਲਕ ਹੋ ਕੇ ਗੁਰੂ ਸਾਹਿਬ ਆਮ ਵਿਅਕਤੀਆਂ ਦੀ ਤਰ੍ਹਾਂ ਰਹੇ ਜੀ
हाँ जी सुने असुत सुत को चित बंश है भाई साहब कहन लगे कि हे स्त्री दे घर ना धी हुंदी होवे ना पुत हुंदा होवे गुरु दी सिफत सुनन दा प्रताप गुरु दी महिमा सुनन दा प्रताप किसे स्त्री दे घर ना पुत होवे ना धी होवे हाँ जी प्राप्त होए सहत गुण अच्छे कहन लगे वो गुरु दी कथा वाली प्यार नाल सुने गुरु साहब कृपा कर देंगे उदे कर चंगे गुणा वाली संतान पैदा हो जाएगी जी चंगे गुणा वाली संतान उदे कर पैदा हो जाएगी जी एक तो दुष्ट संताना भी पैदा हो जाएगी जी माफ करो हाँ जी जेड़िया तंग ही कर दिया जी जम के बस बंदे नू दुखी कर रख दिया जी कह लगे कथा बंदा प्रेम नाल सुने गुरु दी कह लगे उदे कर चंगी संतान पैदा हो जाएगी जी चंगा पुत पैदा होएगा चंगी धी पैदा होएगी हाँ जी सुने दरिदी धन को पावे ते बहुत गरीब बंदा होवे कह लगे बहुत गरीब बंदा होवे ते जे ओ गुरु दी कथा प्रेम दे नाल सुने ते गुरु साहब कृपा कर देंदे गुरु तेग बहादुर साहब उदे कर अमीरी आ जांदी है अमेरी आ जाती तो ताडे सामने मैं दस बैठा जी कोई शक नहीं गुरु की वड्याई बंदे नू रज रज के करनी चाहिए है जी हाँ जी स्कूल की फीस देने जोगी साडे को माया नहीं सी हुंदी जी यह सच्चाई है जी मैं तो गज गज के कहना जी एरे च मेरे सतगुरु की वड्याई है मेरे गुरु साहब जी की वड्याई है हाँ जी पर अज महाराज सच्चे पातशाह ने किसी प्रकार की वस्तु की कमी नहीं रखी तो महाराज गांव भी मेहर रखे जी जेड़ी गल है वह दसनी चाहिए जी गुरु साहब जी का प्रताप है दरिद्री बंदा होवे कंगाल बंदा होवे उनू माया की कमी नहीं रहेगी कहन लगे कदी भी हाँ जी सतगुर मह शरदा बिरधावे ते सब तो वड्डी गल भाई संतोख सिंह जी कहिंदे साध संगत जेड़ा इस ग्रंथ की कथा सुनेगा ओदा सहजे सहजे गुरु साहब दे नाल प्यार पैदा हो जाएगा जी ओदा प्यार पैदा हो जाएगा गज के आखो ते बड़ियां दा प्यार पैदा होया जी मैनू बाहरों फोन आंदे जी बड़े बड़े जी बड़ियां दा प्यार पैदा होया ते साडा तुहाडा सारियां दा होया जी बहुत कुछ पढ़ के सुन के पता लगता जी हुण वेखो कई इतिहासक स्थानां ते आपां कथा पढ़ पढ़ के जाके आए हैं जी ते हुण भी जतन हुंदा भी उन्हां स्थानां दे दुबारा जाके दर्शन किते जाण आखिर कोई अंदर प्यार पैदा हुंदा तां ही बंदा जांदा जी कहन लगे कथा सुनिया करो तुहाडे अंदर गुरु साहिब दा प्यार वधेगा प्यार जुग लोकन कल्याण उपावै इह गल्लां बड़ियां वड्डियां भाई संतोख सिंह जी ने आखियां तुसीं कथा सुन रहे हो आपां सारे गुरु का जस सुन रहे हां गुरु साहब दे जस सुनन दा प्रताप कथा सुनन वाला सिख इस लोक विच भी सुखी रहेगा ते परलोक विच भी सुखी रहेगा कहन लगे सब दुख गुरु साहब उरे दूर कर देंगे पर गल की है जी वो हाडे को नेचा ना सुनी नहीं जांदी जी ये किते कम सौखा थोड़ी हैगा जी ना साडे को नेचा नाल हो ही रही ते ना सुनी जांदी जी गुरु कृपा करे किते अंदर दे प्यार नाल बह के सुने बंदा जी हां जी सिखी की बिद उर उपजावे ते कहन लगे उस मनुख दे अंदर सिखी दा बूटा लग जाएगा जेड़ा ये कथा सुनेगा कहन लगे उरे अंदर सिखी पैदा होगी जेड़ा गुरु साहब दे प्रेम नाल कथा सुनेगा ये गुरु जी दी वड्याई दा प्रताप है सतगुर विच वड्डी वड्याई हां जी कलमल बिनसै नाम सुधायवन ते कथा सुनन वाले सिख दे पाप नास होणगे पाप नास होणगे जी गज के आखो ए दमाले आले बाबे फिर से ठां कर ले जी है तां रखिया करो मैनू पता लगे भी सुन रहे हो पाप नास होणगे पाप जी उन्हां दे ते जिथे पाप नास होणगे ਉੱਥੇ ਭਾਈ ਸਾਹਿਬ ਲਿਖਦੇ ਨਾਮ ਜਪਣ ਦਾ ਵੀ ਜੀ ਕਰੇਗਾ ਕਹਿਣ ਲੱਗੇ ਨਾਮ ਜਪਣ ਦਾ ਵੀ ਜੀ ਕਰਿਆ ਕਰੇਗਾ ਵੇਖ ਲਓ ਕਿੰਨਾ ਸੁੱਖ ਦਿੰਦੀ ਗੁਰੂ ਦੀ ਕਥਾ ਦੀ ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ ਹਾਂਜੀ ਸਨੇ ਸਨੇ ਹਵੈ ਹੈ ਮਨ ਪਾਵਨ ਤੇ ਕਹਿਣ ਲੱਗੇ ਹੌਲੀ ਹੌਲੀ ਗੁਰੂ ਸਾਹਿਬ ਜੀ ਦੀ ਕਥਾ ਸੁਣਦਿਆਂ ਸੁਣਦਿਆਂ ਮਨ ਪਾਵਨ ਹੋਣ ਲੱਗ ਪਏਗਾ ਜੀ ਮਨ ਗਲਤ ਪਾਸੇ ਜਾਣ ਤੋਂ ਗੁਰੇਜ ਕਰੇਗਾ ਜੀ
ਗਲਤ ਕੰਮ ਕਰਦਾ ਹੋਇਆ ਵੀ ਬੰਦਾ ਸੋਚੇਗਾ ਵੀ ਮੇਰੇ ਕੋਲੋਂ ਗਲਤ ਹੋ ਰਿਹਾ ਜੀ। ਹਾਂਜੀ, ਭਗਤ ਵਿਰਾਗ ਹਿਰਦੇ ਉਪਜੰਤ, ਹਿਰਦੇ ਅੰਦਰ ਭਗਤੀ ਪੈਦਾ ਹੋਏਗੀ ਤੇ ਹਿਰਦੇ ਦੇ ਅੰਦਰ ਵੈਰਾਗ ਪੈਦਾ ਹੋਏਗਾ। ਵੈਰਾਗ ਕਹਿਣ ਲੱਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪਿਆਰ ਪੈਦਾ ਹੋਏਗਾ ਕਥਾ ਸੁਣ ਕੇ ਤੁਹਾਡਾ। ਹਾਂਜੀ, ਸਤ ਸੰਗਤ ਮਿਲ ਹਵੈ ਹੈ ਸੰਤ, ਭਾਈ ਸਾਹਿਬ ਤੇ ਹੁਣ ਕਮਾਲਾ ਹੀ ਕਰੀ ਜਾਂਦੇ ਜੀ। ਭਾਈ ਸਾਹਿਬ ਕਹਿੰਦੇ ਸੰਗਤ ਵਿੱਚ ਬੈਠ ਕੇ ਕਥਾ ਸੁਣਿਆ ਕਰੋ, ਸੰਤੀ ਬਣ ਜਾਓਗੇ ਕਹਿਣ ਲੱਗੇ, ਸੰਤ ਬਣ ਜਾਓਗੇ ਕਹਿਣ ਲੱਗੇ। ਇੰਨੀ ਵੱਡੀ ਵਡਿਆਈ ਹੈਗੀ ਜੀ ਗੁਰੂ ਸਾਹਿਬ ਜੀ ਦੀ ਕਥਾ ਸੁਣਨ ਦੀ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਵਡਿਆਈਆਂ ਸੁਣਨ ਦੀ। ਹਾਂਜੀ, ਮੋਹ ਮੈਂ ਸ਼ਕਤ ਨਾ ਹੁਤੀ ਵਿਸਾਲਾ, ਭਾਈ ਸਾਹਿਬ ਕਹਿੰਦੇ ਮੇਰੇ ਚ ਇੰਨੀ ਸ਼ਕਤੀ ਥੋੜੀ ਹੈਗੀ ਸੀਗੀ। ਹਾਂਜੀ, ਵਧਤ ਲਾਲਸਾ ਰਹੀ ਸੋ ਚਾਲਾ, ਤੇ ਬਸ ਲਾਲਸਾ ਸੀਗੀ ਇੱਕ ਵੀ ਗੁਰੂ ਸਾਹਿਬ ਸੇਵਾ ਲੈਣ ਤੇ ਗੁਰੂ ਜੀ ਦੀ ਕਥਾ ਲਿਖੀ ਗਏ। ਹਾਂਜੀ, ਆਪਣੀ ਕਥਾ ਆਪ ਬਣਵਾਈ, ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਣੀ ਕਥਾ ਆਪ ਲਿਖਵਾਈ ਕਹਿਣ ਲੱਗੇ। ਲਿਖਵਾਈ ਆਪ ਬੰਦਾ ਨੀ ਲਿਖ ਸਕਦਾ ਜੀ, ਗੁਰੂ ਸਾਹਿਬ ਨੇ ਲਿਖਵਾਈ ਜੀ। ਕਈ ਵਾਰੀ ਤਾਂ ਇਉਂ ਮਹਿਸੂਸ ਹੁੰਦਾ ਵੀ ਭਾਈ ਸੰਤੋਖ ਸਿੰਘ ਜੀ ਦਾ ਜਨਮ ਹੀ ਇਸ ਕਾਰਜ ਵਾਸਤੇ ਹੋਇਆ ਸੀਗਾ ਜੀ। ਹਾਂਜੀ, ਦਾਸ ਜਾਨ ਆਪ ਮੁਝ ਦਈ ਵਡਾਈ, ਕਹਿਣ ਲੱਗੇ ਵਡਿਆਈ ਤੇ ਗੁਰੂ ਜੀ ਦੀ ਹੈ, ਮੈਨੂੰ ਗਰੀਬ ਜਿਹਾ ਸਿੱਖ ਜਾਣ ਕੇ ਗੁਰੂ ਸਾਹਿਬ ਨੇ ਮੈਨੂੰ ਵਡਿਆਈ ਬਖਸ਼ ਦਿੱਤੀ ਹੈ, ਮੇਰੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਗੁਰੂ ਦੀ ਕਥਾ ਲਿਖਣ ਦੀ। ਸੰਗਤ ਜੀ, ਕਥਾ ਲਿਖਣ ਵਾਲਾ ਕਿੰਨਾ ਵੱਡਾ ਹੋਏਗਾ, ਇੱਥੇ ਤੇ ਸੁਣਾਉਣ ਵਾਲਿਆਂ ਨੂੰ ਵਡਿਆਈਆਂ ਮਿਲ ਰਹੀਆਂ ਜੀ, ਸੁਣਨ ਵਾਲਿਆਂ ਨੂੰ ਵਡਿਆਈਆਂ ਮਿਲ ਰਹੀਆਂ ਜੀ, ਤੇ ਭਾਈ ਸਾਹਿਬ ਦੀਆਂ ਕਿੰਨੀਆਂ ਵੱਡੀਆਂ ਵਡਿਆਈਆਂ ਮਹਾਰਾਜ ਨੇ ਬਖਸ਼ੀਆਂ ਉਹਨਾਂ ਨੂੰ ਜੀ। ਹਾਂਜੀ, ਸੁਰ ਸਰ ਸਮ ਗੁਰ ਕੀਰਤ ਪਾਵਨ, ਹਾਂਜੀ, ਜਿਸਕੇ ਮਿਲੇ ਪਾਪ ਗਨ ਜਾਵਨ, ਬਸ ਜਿਹਦੇ ਵਿੱਚ ਗੁਰੂ ਦੀ ਇਹ ਅੰਮ੍ਰਿਤ ਰੂਪੀ ਕਥਾ ਵਸੇਗੀ ਉਹਦੇ ਹੌਲੀ ਹੌਲੀ ਪਾਪ ਦੂਰ ਹੋਈ ਜਾਣਗੇ ਜੀ। ਗੱਜ ਕੇ ਆਖੋ, ਸਮਾਂ ਆਪਣਾ ਉੱਤੇ ਹੋ ਰਿਹਾ ਜੀ, ਪਰ ਭਾਈ ਸਾਹਿਬ ਦੇ ਬਚਨ ਬੜੇ ਵਧੀਆ ਜੀ। ਭਾਈ ਸਾਹਿਬ ਕਹਿੰਦੇ, ਕਹਿਣ ਲੱਗੇ ਵੇਖੋ ਨਾ ਜੀ, ਸਾਰੀਆਂ ਗੱਲਾਂ ਬੰਦਾ ਛੱਡੇ, ਇੱਕ ਘੰਟਾ ਬਹਿ ਕੇ ਕਥਾ ਸੁਣ ਰਿਹਾ, ਉਹਨਾਂ ਚੱਲੀ ਤੇ ਪਾਪ ਚੜ੍ਹ ਰਹੇ ਨੇ ਇਹਨਾਂ ਜੀ, ਤੇ ਜੇ ਹਿਰਦੇ ਚ ਵੱਸ ਜੇ ਫਿਰ ਤੇ ਪੱਕੀ ਬੰਦ ਖਲਾਸੀ ਜੀ। ਹਾਂਜੀ, ਨਿੰਦਕ ਮੂਰਖ ਮਤ ਸਰਧਾਰੀ, ਜਿਹੜੇ ਨਿੰਦਕ ਨੇ ਮੂਰਖ ਨੇ ਕਹਿਣ ਲੱਗੇ, ਹਾਂਜੀ, ਰਾਸ਼ਬ ਮਹਿਖ ਕੋਲ ਸਮ ਭਾਰੀ, ਜਿਹੜੇ ਇਸ ਗ੍ਰੰਥ ਦੀ ਨਿੰਦਾ ਕਰਦੇ ਤੇ ਗੁਰੂ ਦੀ ਨਿੰਦਾ ਕਰਦੇ ਨੇ, ਕਹਿਣ ਲੱਗੇ ਉਹ ਰਾਕਸ਼ਸ ਨੇ ਤੇ ਸੂਰ ਨੇ ਕਹਿਣ ਲੱਗੇ, ਗਧੇ ਨੇ ਉਹ ਕਹਿਣ ਲੱਗੇ, ਬੜੇ ਕਰਦੇ ਜੀ ਹੁਣ ਵੀ ਇਹੋ ਜੀ, ਇਹਦੇ ਚੰਜ ਲਿਖਿਆ, ਇਹਦੇ ਚੰਜ ਲਿਖਿਆ ਜੀ। ਆਪਾਂ ਤੇ ਤੱਤ ਗੱਲ ਨੂੰ ਲੈਣਾ ਸੰਗਤ ਜੀ, ਕਹਿਣ ਲੱਗੇ ਉਹ ਮੂਰਖ ਨੇ ਗਧੇ ਨੇ। ਹਾਂਜੀ, ਖੌਰੂ ਪਾਏ ਕੁਬਚ ਕੋ ਭਾਖ, ਖੌਰੂ ਪਾਉਂਦੇ ਐਵੇਂ ਰੌਲਾ ਪਾਈ ਜਾਣਗੇ ਵੀ ਸੂਰਜ ਪ੍ਰਕਾਸ਼ ਚੈਨ ਲਿਖਿਆ, ਸੂਰਜ ਪ੍ਰਕਾਸ਼ ਚੈਨ ਲਿਖਿਆ, ਕਹਿਣ ਲੱਗੇ ਉਹ ਐਵੇਂ ਰੌਲਾ ਪਾਉਂਦੇ ਨੇ ਕਹਿਣ ਲੱਗੇ, ਅੱਜ ਤੇ ਭਾਈ ਸਾਹਿਬ ਆਪ ਹੀ ਕਹਿ ਰਹੇ ਜੀ ਸਾਨੂੰ ਜੀ। ਹਾਂਜੀ, ਦੁਖਤ ਕਰਨ ਗਾਂਧਲੀ ਕੰਖ, ਕਹਿਣ ਲੱਗੇ ਉਹ ਆਪਣੇ ਪਾਪ ਵਧਾ ਰਹੇ ਨੇ ਬੋਲ ਬੋਲ ਕੇ, ਆਪਣੇ ਦੁੱਖਾਂ ਵਿੱਚ ਵਾਧਾ ਕਰ ਰਹੇ ਨੇ ਉਹ ਬੰਦੇ। ਹਾਂਜੀ, ਸੋ ਝੱਖ ਮਾਰਤ ਹੈ ਕੁਪੱਤੇ, ਸੱਚ ਕੇ ਅੱਖ ਵਾਹਿਗੁਰੂ, ਕਹਿਣ ਲੱਗੇ ਝੱਖ ਮਾਰਦੇ ਨਿੰਦਾ ਕਰਦੇ ਨੇ, ਕਪੱਤੇ ਨੇ ਕਪੱਤੇ ਉਹ ਲੋਕ ਜਿਹੜੇ ਇਸ ਗ੍ਰੰਥ ਦੀ ਨਿੰਦਾ ਕਰਦੇ ਹਨ। ਹਾਂਜੀ, ਬਿਗਰੈ ਨਹਿ ਕਬਹੂ ਰਸ ਅਤੇ, ਪਰ ਇਹਦੇ ਵਿੱਚ ਅਤ ਰਸ ਹੈ ਕਹਿਣ ਲੱਗੇ ਇਸ ਕਥਾ ਵਿੱਚ, ਕਹਿਣ ਲੱਗੇ ਇਹਦਾ ਰਸ ਕਿਸੇ ਦੇ ਵਿਗਾੜਿਆਂ ਵਿਗੜਨਾ ਨਹੀਂ ਹੈ ਜੀ। ਹੁਣ ਵੀ ਜਿਹੜਾ ਪ੍ਰੇਮ ਨਾਲ ਕਥਾ ਸੁਣੇ ਉਹਦੇ ਅੰਦਰ ਗੁਰੂ ਜੀ ਦਾ ਪਿਆਰ ਵੱਧਦਾ ਜੀ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਹੁਣ ਅੱਗੋਂ ਦਸਵੇਂ ਪਾਤਸ਼ਾਹ ਜੀ ਦੀ ਕਥਾ ਆਰੰਭ ਹੋ ਜਾਣੀ ਜੀ। ਅਨੰਦਪੁਰ ਸਾਹਿਬ ਜਦੋਂ ਅਸੀਸ ਪਹੁੰਚਣਾ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ, ਅਰਦਾਸ ਕਰਿਓ ਸੰਗਤ ਜੀ ਮਹਾਰਾਜ ਇਹ ਆਪਣੀ ਕਥਾ ਆਪ ਕਰਵਾਉਣ ਸਾਡੇ ਕੋਲੋਂ ਜੀ। ਹਾਂਜੀ, ਆਪ ਕਰਵਾ ਲੈਣ, ਜੇ ਆਪ ਕਰਵਾ ਲੈਣ ਤੇ ਤੁਹਾਨੂੰ ਵੀ ਰਸ ਆਉਂਦਾ ਰਹੇਗਾ ਜੀ। ਹਾਂਜੀ, ਤੇ ਜੇ ਅਸੀਂ ਆਪਣੀ ਮਤ ਅਨੁਸਾਰ ਕਰਦੇ ਰਹੇ ਫਿਰ ਤੇ ਕੰਮ ਵਿਗੜਿਆ ਹੀ ਹੈ ਜੀ। ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।